ਕੱਲ ਜਾਂ ਬੀਤੇ ਦਿਨੀਏ ਜਿਹੜੀ ਘਟਨਾ ਵਾਪਰੀ ਕਿ ਇੱਕ ਬੰਦਾ ਇੱਕ ਉਹ ਫੜਿਆ ਹੋਇਆ ਮੁਜਰਮ ਜਿਹੜਾ ਆ ਉਹ ਪੁਲਿਸ ਦੀ ਕਸਟਡੀ ਚੋਂ ਤੋੜ ਜਾਂਦਾ ਮਾੜੀ ਜੀ ਦੀ ਡੁੰਗਾਈ ਵਿੱਚ ਜਾਂਦੇ ਜ਼ਿਆਦਾ ਨਹੀਂ ਥੋੜੀ ਜੀ ਡੁੰਗਾਈ ਦੇ ਵਿੱਚ ਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਇਹਦੇ ਪਿੱਛੇ ਕੌਣ ਕੀ ਤੇ ਕਿਸ ਤਰ੍ਹਾਂ ਦਾ ਨੈਟਵਰਕ ਚੱਲਦਾ ਹੈ ਦੀਪਕ ਤੀਨੂ ਜਿਹੜਾ ਇਸ ਗੈਂਗ ਦਾ ਕਲਾਸ A ਦਾ ਗੈਂਗ ਹੈ ਉਸ ਦੇ ਉੱਪਰ 35 ਤੋਂ ਵੱਧ ਮੁਕੱਦਮੇ ਜਿਹੜੇ ਨੇ ਦਰਜ ਹੋਏ ਨੇ ਉਹਨਾਂ ਵਿੱਚੋਂ 13 14 ਜਿਹੜੇ ਨੇ ਇਰਾਦਾ ਕਤਲ ਦੇ ਨੇ 10 ਹੋਰ ਕੇਸ ਨੇ ਪਰ ਆਹ ਜਿਹੜੀ ਘਟਨਾ ਹੋਈ ਹੈ ਜੀ ਇਹ ਤਾਂ ਬਹੁਤ ਵੱਡੀ ਫਿਲਮੀ ਕਹਾਣੀ ਜਾਪ ਰਹੀ ਤਾਂ ਬੀ ਇੰਸਪੈਕਟਰ ਸਾਹਿਬ ਨੇ ਸੀਆਈਏ ਸਟਾਫ ਦੇ ਉਹ ਐਂਟਰਟੇਨ ਕਰ ਰਹੇ ਨੇ ਉਸ ਨੂੰ 2 3 ਦਿਨ ਕਹਿੰਦੇ ਹੋ ਗਿਆ ਸੀ ਕਿ ਜਨਾਬ ਹੁਣੇ ਉਹਨੂੰ ਘਰ ਲਿਆ ਜਾਂਦੇ ਸੀ ਆਪਣੇ ਸਰਕਾਰੀ ਰਹਿائش ਤੇ ਪਹਿਲਾਂ ਹੀ ਖਬਰ ਆਈ ਸੀ ਕਿ ਹੋਟਲ ਵਿੱਚ ਲੈ ਕੇ ਜਾਂਦੇ ਸੀ ਲੈ ਕੇ ਗਏ ਸੀ ਜਿੱਥੋਂ ਫਰਾਰ ਹੋ ਗਿਆ 2-3 ਦਿਨ ਪਹਿਲਾਂ ਉਸ ਦੀ 골ਡੀ ਬ੍ਰਾਂਡ ਨਾਲ ਵੀ ਤਲਬਾਤ ਹੋਈ ਦੱਸੀ ਜਾਂਦੀ ਹੈ ਇਸ ਕੇਸ ਦੇ ਵਿੱਚ ਇਹ ਕਤਲ ਤੋਂ 2 ਦਿਨ ਪਹਿਲਾਂ ਸਿੱਧੂ ਮੂਸੇਵਾਲੇ ਨੂੰ ਮਿਲਿਆ ਵੀ ਹੈ ਇਸ ਤੇ ਪੰਜਾਬ ਦੇ ਵਿੱਚ ਲਵੀ ਦਿਉਰਾ ਦੇ ਕਤਲ ਦਾ ਇਲਜ਼ਾਮ ਵੀ ਹੈ ਉਸ ਸਬ ਇੰਸਪੈਕਟਰ ਨੂੰ ਅਧਿਕਾਰ ਕਿਵੇਂ ਹੈ ਕਿ ਉਹ ਹਵਾਲਾਤ ਦੇ ਵਿੱਚੋਂ ਮੁਲਜ਼ਮ ਨੂੰ ਇੰਨੇ ਖਤਰਨਾਕ ਨੂੰ ਜਾਂ ਕਿਸੇ ਨੂੰ ਵੀ ਲੈ ਕੇ ਜਾਵੇ ਤੇ ਆਪਣੇ ਘਰ ਵਿੱਚ ਜਾਂ ਹੋਰ ਜਗ੍ਹਾ ਤੇ ਜਾ ਕੇ ਰ ਟੇਨ ਕਰੇ ਗਰਲਫ੍ਰੈਂਡ ਨੂੰ ਮਲਵਾਇਆ ਜਾਂਦਾ ਆਪਣੀ ਸਰਕਾਰੀ ਰਹਾਇਸ਼ ਤੇ ਆਪ ਜਨਾਬ ਹੁਣੀ ਸੌ ਜਾਂਦੇ ਨੇ ਜਾਂ ਪੈਸਿਆਂ ਦੇ ਜੋੜਨੇ ਉਹਨਾਂ ਨੂੰ ਨੀਂਦ ਆ ਜਾਂਦੀ ਹੈ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਬਾਰਡਰ ਸਕਿਲ ਕਰ ਦਿੱਤੇ ਗਏ ਨੇਪਾਲ ਦਾ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਨੇਪਾਲ ਦੇ ਜ਼ਰੀਏ ਦੁਬਈ ਤੇ ਫਿਰ ਉੱਥੋਂ ਕਿਸੇ ਹੋਰ ਕੰਟਰੀ ਨੂੰ ਨਿਕਲਦੇ ਦੀ ਤਿਆਰੀ ਦੇ ਵਿੱਚ ਹੈ ਏਟੀਐਮ ਵੀ ਵਰਤਿਆ ਉਸਨੇ ਕੈਸ਼ ਢਵਾਇਆ ਉਹ ਕੈਸ਼ ਦਾ ਉਹ ਖਾਤਾ ਕਿਸ ਦਾ ਹੈ ਏਟੀਐਮ ਉਸ ਕੋਲ ਕਿਵੇਂ ਆ ਗਿਆ ਉਹ ਖਾਤੇ ਵਿੱਚ ਪੈਸੇ ਕਿੱਥੋਂ ਆਏ ਇੱਕ ਹਰਿੰਦਰ ਸਿੰਘ ਖਾਲਸਾ ਸਾਡੇ ਮੈਂਬਰ ਪਾਰਲੀਮੈਂਟਸ ਨੂੰ ਕਹਿੰਦੇ ਸੀ ਮੇਰੀ ਸੀਟ ਬਦਲ ਦਿਓ ਲੋਕ ਸਭਾ ਦੇ ਵਿੱਚ ਮੈਨੂੰ ਉਹ ਆਉਂਦੀ ਹੈ ਭਗਵੰਤ ਮਾਨ ਦੇ ਕੋਲ ਤੇ ਜੇ ਕਿਤੇ ਤੁਸੀਂ ਵੀਡੀਓ ਕੋ ਲੱਭ ਕੇ ਵੀ ਦਿਖਾਉਣੀ ਹੋਵੇ ਹਰਿੰਦਰ ਸਿੰਘ ਖਾਲਸਾ ਦੀ ਕਿ ਉਹਨਾਂ ਨੇ ਕਿਹੜਾ ਪੰਜਾਬ ਦਾ ਹੋਰ ਮੁੱਦਾ ਚੁੱਕਿਆ ਠੀਕ ਹੈ ਉਹ ਸ਼ਾਇਦ ਤੁਹਾਨੂੰ ਲੱਭਣ 'ਚ ਮੁਸ਼ਕਲ ਹੋਵੇ ਤੇ ਭਗਵੰਤ ਮਾਨ ਜੀ ਤੁਹਾਨੂੰ ਹਜ਼ਾਰਾਂ ਵੀਡੀਓ ਮਿਲ ਜਾਣਗੀਆਂ ਜਿੱਥੇ ਪੰਜਾਬ ਦੇ ਮੁੱਦੇ ਤੇ ਦੇਸ਼ ਦੇ ਮੁੱਦੇ ਉਹਨਾਂ ਨੇ ਉਠਾਏ ਨੇ ਸੋ ਉਹ ਉਹ ਕਹਿੰਦੇ ਜੀ ਮੈਂ ਉਹਨਾਂ ਦੇ ਸਬੂਤ ਦੇ ਸਕਦਾ ਆ ਹੋ ਸਕਦਾ ਉਹ ਹੋ ਸਕਦਾ ਮੈਂ ਇਹ ਗੱਲ ਕਰਦਾ ਜਿਹੜੇ ਹੋਟਲਾਂ ਦੀ ਚੇਨ ਦੇ ਮਾਲਕ ਨੇ ਜਨਾਬ ਹੁਣੀ ਜਿਨ੍ਹਾਂ ਨੇ ਸੁਖਵੀਰ ਬਾਦਲ ਤੇ ਕੰਨ 'ਚ ਗੱਲ ਦੱਸ ਦਿੱਤੀ ਐ ਤੇ 에어 ਹੋਸਟਸ ਨੇ ਕੰਨ 'ਚ ਗੱਲ ਦੱਸ ਦਿੱਤੀ ਐ ਉਹਨਾਂ ਕੋਲ ਕਿਸੇ ਕੋਲ ਫੋਨ ਨਹੀਂ ਸੀ ਜਿਨ੍ਹਾਂ ਨੇ ਵੀਡੀਓ ਬਣਾਈ ਭਗਵੰਤ ਮਾਨ ਦੀ ਦਿਨ ਕਿਹੜਾ ਨਹੀਂ ਜਿਦਣ ਦੂਸਰੀਆਂ ਤੀਸੀਆਂ ਪਾਰਟੀਆਂ ਦੇ ਕੌਂਸਲਰ ਮੇਅਰ ਕੋਈ ਸਰਪੰਚ ਉਹ ਜਿਹੜੇ ਹੋਰ ਅਹੁਦੇਦਾਰ ਜਿਹੜੇ ਨੇ ਉਹ ਛੱਡ ਕੇ ਦੂਸਰੀਆਂ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਮੈਂ ਕੋਈ ਇੱਥੇ ਸਪੋਕਸਮੈਨ ਬਣ ਕੇ ਨਹੀਂ ਗੱਲ ਕਰ ਰਿਹਾ ਪਰ ਸਾਡਾ ਇੱਕ ਸਿਸਟਮ じゃ ਬਣ ਚੁੱਕਾ ਕਿ ਚੜਦੇ ਸੂਰਜ ਨੂੰ ਇੱਥੇ ਸਲਾਮਾ ਹੁੰਦੀਆਂ ਹਨ ਹਰ ਵੇਲੇ 80000 ਮੌਤ ਦੇਸ਼ ਵਿੱਚ ਹੋਣੀ ਬਹੁਤ ਵੱਡੀ ਗੱਲ ਹੈ ਪਰ ਮੌਤਾਂ ਦੀ ਅਹਿਮੀਅਤ ਇੱਥੇ ਕਿੰਨੀ ਹੁੰਦੀ ਹੈ ਕਿ ਮੈਨਕਾ ਗਾਂਧੀ ਨੇ ਇਹ ਮਹਿਮ ਚਲਾ ਦਿੱਤੀ ਉਸ ਤੋਂ ਬਾਅਦ ਮਾਰਨ ਦਾ ਕੰਮ ਬੰਦ ਹੋ ਗਿਆ ਫਿਰ ਅਗਲਾ ਕੰਮ ਨਸਬੰਦੀ ਦਾ ਸੀ ਜੀ ਉਹ ਕਹਿੰਦੇ ਸਰਕਾਰੀ ਤਰਨੇ ਵਿਧਾਨਸਭਾ ਜਵਾਬ ਦਤਾ ਹੈ ਕੰਮ ਉਹ ਕਾ ਬਹੁਤ ਹੈ ਮੰਤਰੀ ਸਾਹਿਬ ਕਹਿੰਦੇ ਮੇਰੇ ਫੁੱਫੜ ਨੂੰ ਵੀ ਕੁੱਤੇ ਨੇ ਖਾ ਲਿਆ ਸੀ ਇਹ ਜਿਹੜੇ ਨਸ਼ਵੰਦੀ ਦਾ ਕੰਮ ਹੈ ਉਹਨਾਂ ਨੂੰ ਫੜਨਾ ਪੈਂਦਾ ਹੈ ਬਹੁਤ ਬੰਦਸ਼ਾਨੇ ਫਿਰ ਨਸ਼ਵਤੀ ਉਹਨਾਂ ਦੇ ਕਰਕੇ ਉੱਥੇ ਹੀ ਛੱਡਣਾ ਪੈਂਦਾ ਜਿੱਥੇ ਉਹਨਾਂ ਨੂੰ ਫੜਿਆ ਹੋਵੇ ਕਿੰਨੀ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ ਕਿੰਨੀਆਂ ਤੇ ਜਿਨ੍ਹਾਂ ਵਿੱਚ ਉਹ ਆਰਾਮ ਨਾਲ ਖੜਾ ਹੋਇਆ ਬਜ਼ੁਰਗ ਆਉਂਦਾ ਹੈ ਕੋਹਵਾਰਾ ਸੰਤ ਚੁੱਕ ਕੇ ਸਿੰਘਾਂ ਤੇ ਉਸਨੂੰ ਉਲਾਰ ਕੇ ਮਾਰਦਾ ਹੈ ਕਿਸੇ ਸਕੂਟਰੀ ਜਾਂਦੇ ਬੰਦੇ ਨੂੰ ਟੱਕਰ ਮਾਰਦੇ ਨੇ ਕਾਰਾਂ ਦੇ ਐਕਸੀਡੈਂਟ ਹੋ ਰਹੇ ਨੇ ਟ੍ਰੇਨਾਂ ਦੇ ਵਿੱਚ ਵੱਜ ਰਹੇ ਨੇ ਕੀ ਨਹੀਂ ਹੋ ਰਿਹਾ ਯੋ ਕਿ ਉਹ ਨਹੀਂ ਨੱਪਾਈ ਜਾ ਰਿਹਾ ਕੁੱਤਿਆਂ ਨੂੰ ਨਾਲ ਉਹ ਜਾਨਵਰਾਂ ਇਹਨਾਂ ਨੂੰ ਤਾਂ ਕਾਬੂ ਕਰਨਾ ਬਹੁਤ ਸੌਖਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਹੈ ਵਿਚਾਰ ਚਰਚਾ ਇਸ ਪ੍ਰੋਗਰਾਮ ਵਿੱਚ ਅੱਜ ਵੀ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਕਟਨਾਵਾਂ ਸਾਡੇ ਆਲੇ ਦੁਆਲੇ ਹੋ ਰਹੀ ਸਿਆਸਤ ਤੇ ਸਾਡੇ ਨਾਲ ਸਰੋਕਾਰ ਰੱਖਦੀਆਂ ਕੁਝ ਹੋਰ ਗੱਲਾਂ ਤੇ ਵਿਚਾਰ ਚਰਚਾ ਕਰਾਂਗੇ ਤੇ ਇਸ ਚਰਚਾ ਵਿੱਚ ਮੇਰੇ ਨਾਲ ਸਾਥ ਦੇਣਗੇ ਸਰਦਾਰ ਕੁਲਦੀਪ ਸਿੰਘ ਜੀ ਹੀਰ ਹੀਰ ਸਾਹਿਬ ਸਵਾਗਤ ਜੀ ਬਹੁਤ-ਬਹੁਤ ਬਹੁਤ ਮਿਹਰਬਾਨੀ ਅਮਰਜੀਤ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਹੀਰ ਸਾਹਿਬ ਕਿੱਧਰੋਂ ਗੱਲ ਸ਼ੁਰੂ ਕਰੀਏ ਤੇ ਕਿਧਰ ਨੂੰ ਲੈ ਕੇ ਜਾਈਏ ਚੁਲਾਈ ਤੂੰ ਵੀ ਪਹਿਲਾਂ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਤੇ ਉਹ ਜਿਹੜੀ ਕਹਾਣੀ ਆ ਗੈਂਗਸਟਰ ਵਾਲੀ ਜਿਹੜੀ ਇੱਕ ਵਾਅਰੋਲਾ ਸੀ ਉਹ ਫੇਰ ਪੂਰੇ ਪੰਜਾਬ ਦੇ ਕੀ ਜਾਂ ਪੂਰੇ ਪੰਜਾਬੀ ਡਾਇਸਪੋਰਾ ਜਿੱਥੇ-ਜਿੱਥੇ ਪੰਜਾਬੀ ਬੈਠੇ ਆ ਉੱਥੇ ਤੱਕ ਉਹ ਫੈਲ ਜਾਂਦਾ ਕਟਨਾਵਾਂ ਜੁੜਦੀਆਂ ਨੇ ਕੁਝ ਬੰਦੇ ਫੜੇ ਜਾਂਦੇ ਨੇ ਕੁਝ ਪੁਲਿਸ ਆਪਣੇ ਬਾਰੇ ਕੁਝ ਗੱਲਾਂ ਦੱਸਦੀ ਆ ਕੁਝ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਇਹ ਲੋਕ ਨੇ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਵੀ ਇਹਨਾਂ ਨੂੰ ਕਹਿ ਦਿੰਦੇ ਆ ਹੋਰ ਕਈ ਤਰ੍ਹਾਂ ਦੇ ਨਾਮ ਅਸੀਂ ਨਾਲ ਹੀ ਵਰਤਦੇ ਆ ਉਹ ਵੀ ਆਪਣੀ ਆਪਣੀ ਜਿਹੜੀ ਘਟਨਾ ਆ ਉਹ ਦੱਸਦੇ ਨੇ ਤੇ ਮੀਡੀਆ ਦੇ ਵਿੱਚ ਵੀ ਇਹਨਾਂ ਚੀਜ਼ਾਂ ਦਾ ਜਿਹੜਾ ਰੌਲਾ ਉਹ ਪਿਆ ਰਹਿੰਦਾ ਕੱਲ ਜਾਂ ਬੀਤੇ ਦਿਨੀਏ ਜਿਹੜੀ ਘਟਨਾ ਵਾਪਰੀ ਕਿ ਇੱਕ ਬੰਦਾ ਇੱਕ ਉਹ ਫੜਿਆ ਹੋਇਆ ਮੁਜਰਮ ਜਿਹੜਾ ਆ ਉਹ ਪੁਲਿਸ ਦੀ ਕਸਟਡੀ ਚੋਂ ਦੌੜ ਜਾਂਦਾ ਹਾਲਾਂਕਿ ਇਹ ਕੋਈ ਵੱਡੀ ਵੱਡੀ ਘਟਨਾ ਨਹੀਂ ਇਸ ਤੋਂ ਪਹਿਲਾਂ ਜੇਲ੍ਹਾਂ ਤੋੜ ਕੇ ਜਾਣੀਆਂ ਜੇਲ੍ਹਾਂ ਦੇ ਵਿੱਚੋਂ ਸਰੰਗਾਂ ਪੱਟ ਕੇ ਚਲੇ ਜਾਣਾ ਪੁਲਿਸ ਨਾਲ ਮੁੱਠ ਭੇੜ ਕਰਕੇ ਚਲੇ ਜਾਣਾ ਭਾਰਤ ਮਹਾਨ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਸੀ ਵੇਖਦੇ ਰਹੇ ਹਾਂ ਇਸ ਤਾਜ਼ਾ ਘਟਨਾ ਦੇ ਵਿੱਚ ਅੱਜ ਜੋ ਸਾਹਮਣੇ ਚੀਜ਼ਾਂ ਆਈਆਂ ਨੇ ਉਹਦੇ ਬਾਰੇ ਕੁਝ ਦੱਸੋ ਤੇ ਫਿਰ ਆਪਾਂ ਕਰੀਏ ਪ੍ਰੋਗਰਾਮ ਦੀ ਸ਼ੁਰੂਆਤ ਅਮਰਜੀਤ ਜੀ ਪਹਿਲਾਂ ਤਾਂ ਮੈਂ ਥੋੜਾ ਜਿਹਾ ਥੋੜਾ ਜਿਹਾ ਬਖਰੇਮਾ ਰੱਖਾਂਗਾ ਆਪ ਜੀ ਨਾਲ ਵਿਚਾਰਦਾ ਹੋਏ ਇਸ ਕਰਕੇ ਜੀ ਅਸਲ ਵਿੱਚ ਇਹ ਘਟਨਾ ਬਹੁਤ ਵੱਡੀ ਹੈ ਜਿੰਨੀ ਅਸੀਂ ਇਸ ਨੂੰ ਛੋਟੇ ਲੈਵਲ ਦੀ ਸਮਝਦੇ ਹਾਂ ਅਸਲ ਵਿੱਚ ਹੈ ਨਹੀਂ ਨਹੀਂ ਜੀ ਮਾੜੀ ਜੀ ਦੀ ਢੁਗਾਈ ਵਿੱਚ ਜਾਂਦੇ ਜ਼ਿਆਦਾ ਨਹੀਂ ਥੋੜੀ ਜਿਹੀ ਢੁਗਾਈ ਦੇ ਵਿੱਚ ਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਇਹਦੇ ਪਿੱਛੇ ਕੌਣ ਕੀ ਤੇ ਕਿਸ ਤਰ੍ਹਾਂ ਦਾ ਨੈਟਵਰਕ ਚੱਲ ਰਿਹਾ ਜੀ ਦੀਪਕ ਤੀਨੂ ਜਿਹੜਾ ਹੈ ਇਸ ਗੈਂਗ ਦਾ ਕਲਾਸ A ਦਾ ਗੈਂਗਸਟਰ ਹੈ ਜੀ ਉਸ ਤੇ ਉੱਪਰ 35 ਤੋਂ ਵੱਧ ਮੁਕੱਦਮੇ ਜਿਹੜੇ ਨੇ ਦਰਜ ਹੋਏ ਨੇ ਬਿਲਕੁਲ ਉਨ੍ਹਾਂ ਵਿੱਚੋਂ 13 14 ਜਿਹੜੇ ਨੇ ਇਰਾਦਾ ਕਤਲ ਦੇ ਨੇ 10 ਹੋਰ ਕੇਸ ਨੇ ਜੀ ਇਹ ਛੋਟੀ ਗੱਲ ਨਹੀਂ ਪਹਿਲਾਂ ਵੀ ਹਿਰਾਸਤ ਵਿੱਚੋਂ ਭੱਜ ਚੁੱਕਾ ਹੈ ਜੀ ਉਹੀ ਪੁਰਾਣੀਆਂ ਫਿਲਮੀ ਕਹਾਣੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਦੌੜ ਗਿਆ ਸੀ ਪਰ ਆਹ ਜਿਹੜੀ ਘਟਨਾ ਹੋਈ ਹੈ ਜੀ ਇਹ ਤਾਂ ਬਹੁਤ ਵੱਡੀ ਫਿਲਮੀ ਕਹਾਣੀ ਜਾਪ ਰਹੀ ਹੈ ਜੀ ਪ੍ਰੋਡਕਸ਼ਨ ਬ੍ਰਾਂਟ ਤੇ ਬੰਦਾ ਹੈ ਗ੍ਰਿਫਤਾਰ ਹੈ ਇੱਕ ਅਦਾਲਤ ਨੇ ਦੂਸਰੇ ਥਾਂ ਲਿਜਾਣ ਦੀ ਇਜਾਜ਼ਤ ਦਿੱਤੀ ਹੋਈ ਹੈ ਹਵਾਲਾਤ ਦੇ ਵਿੱਚ ਬੰਦਾ ਹੈ ਔਰ ਸਬ ਇੰਸਪੈਕਟਰ ਸਾਹਿਬ ਨੇ ਸੀਆਈਏ ਸਟਾਫ ਦੇ ਉਹ ਐਂਟਰਟੇਨ ਕਰ ਰਹੇ ਨੇ ਉਸਨੂੰ ਜੀ ਦੋ ਤਿੰਨ ਦਿਨ ਕਹਿੰਦੇ ਹੋ ਗਏ ਸੀ ਕਿ ਜਨਾਬ ਹੁਣੀ ਉਹਨੂੰ ਕਰ ਲੈ ਜਾਂਦੇ ਸੀ ਆਪਣੇ ਸਰਕਾਰੀ ਰਹਾਇਸ਼ ਤੇ ਪਹਿਲਾਂ ਹੀ ਖਬਰ ਆਈ ਸੀ ਕਿ ਹੋਟਲ ਵਿੱਚ ਲੈ ਕੇ ਜਾਂਦੇ ਸੀ ਲੈ ਕੇ ਗਏ ਸੀ ਜਿੱਥੋਂ ਫਰਾਰ ਹੋ ਗਿਆ ਜੀ ਉਹ ਖਬਰ ਹੈ ਕਿ ਸਰਕਾਰੀ ਰਹਾਇਸ਼ ਤੇ ਸੀ ਇਨੀ ਫੈਸਿਲਿਟੀ ਜੀ ਉੱਥੇ ਉਸ ਕੋਲ ਇੰਟਰਨੈਟ ਹੈ ਉਸ ਕੋਲ ਫੋਨ ਹੈ ਸਭ ਕੁਝ ਹੈ ਪਰ ਇਹ ਵੀ ਗੱਲ ਇੱਥੇ ਵੀ ਨਹੀਂ ਰੁਕਦੀ ਦੋ ਤਿੰਨ ਦਿਨ ਪਹਿਲਾਂ ਉਸ ਦੀ ਗੋਲਡੀ ਬ੍ਰਾਂਡ ਨਾਲ ਵੀ ਗੱਲਬਾਤ ਹੋਈ ਦੱਸੀ ਜਾਂਦੀ ਹੈ ਇੱਕ ਪਾਸੇ ਤੇ ਪੁਲਿਸ ਮਾਰਾ ਮਾਰੀ ਕਰ ਰਹੀ ਹੈ ਔਰ ਪੁਛ ਕੇ ਜਿਉਂ ਜ਼ੋਰਦਾਰ ਤਰੀਕੇ ਨਾਲ ਜਿਹੜੇ ਫੜੇ ਹੋਏ ਲੋਕ ਨੇ ਉਹਨਾਂ ਤੋਂ ਹੋ ਰਹੀ ਤੇ ਆਹ ਕੀ ਹੋ ਰਿਹਾ ਜੀ ਇਸ ਕੇਸ ਦੇ ਵਿੱਚ ਇੱਕ ਕਤਲ ਤੋਂ 2 ਦਿਨ ਪਹਿਲਾਂ ਸਿੱਧੂ ਮੂਸੇਵਾਲੇ ਨੂੰ ਮਿਲਿਆ ਵੀ ਹੈ ਗਰੁੱਪ ਵਾਸਤੇ ਪੈਸਿਆਂ ਦਾ ਇੰਤਜ਼ਾਮ ਇਹ ਨੌਜਵਾਨ ਮੁੰਡਾ ਕਰਦਾ ਹੈ ਔਰ ਇੱਕ ਆਮ ਜਿਹਾ ਕਰਦਾ ਮੁੰਡਾ ਇਹਦਾ ਛੋਟਾ ਭਰਾ ਵੀ ਨਸ਼ਾ-ਨਸ਼ਾ ਵੇਚਦਾ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਹਰਿਆਣੇ ਦਾ ਰਹਿਣ ਵਾਲਾ ਜੀ ਇਸਤੇ ਪੰਜਾਬ ਦੇ ਵਿੱਚ ਲਵੀ ਦਿਉਰਾ ਦੇ ਕਤਲ ਦਾ ਇਲਜ਼ਾਮ ਵੀ ਹੈ ਇੰਨੇ ਫਟੇ ਫਟੇ ਕੇਸ ਇੱਕ ਥਾਣੇ ਤੋਂ ਦੂਸਰੇ ਦੂਸਰੇ ਤੋਂ ਤੀਸਰੇ ਤੀਸਰੇ ਤੋਂ ਚੌਥੇ ਹਰ ਥਾਂ ਤੇ ਉਹ ਮਿਲ ਲੱਗਦਾ ਸਾਰਾ ਮਹੀਨਾ ਤੇ ਉਸ ਦੀਆਂ ਪੇਸ਼ੀਆਂ ਚਲਦੀ ਹੋਣਗੇ ਜਿੰਨੇ ਉਸਤੇ ਮੁਕਾਦਮੇ ਨੇ ਜੀ ਇਸ ਹਾਲਤ ਦੇ ਵਿੱਚ ਉਸ ਨੂੰ ਇੱਕ ਆਮ ਜਿਹੀ ਹਵਾਲਾਤ ਦੇ ਵਿੱਚ ਰੱਖਿਆ ਗਿਆ ਜੇਲ੍ਹ ਦੇ ਵਿੱਚ ਵੀ ਕਹਿੰਦੇ ਉਸ ਕੋਲੋਂ ਫੋਨ ਬਰਾਮਦ ਹੋਇਆ ਸੀ ਉਹ ਲਗਾਤਾਰ ਸੰਪਰਕ ਦੇ ਵਿੱਚ ਸੀ ਔਰ ਉਸ ਨੂੰ ਇਨਸਟਰਕਸ਼ਨਾਂ ਮਿਲ ਰਹੀਆਂ ਸੀ ਤੇ ਇਸ ਘਟਨਾ ਦੇ ਵਿੱਚ ਵੱਡੇ ਪੁਲਿਸ ਅਫਸਰ ਇਸ ਵੇਲੇ ਮੂੰਹ ਬੰਦ ਕਰਕੇ ਬੈਠੇ ਹੋਏ ਨੇ ਜਾਂਚ ਚੱਲ ਰਹੀ ਹੈ ਜਾਂਚ ਚੱਲ ਰਹੀ ਹੈ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਪਲ-ਪਲ ਦੀ ਖਬਰ ਦੇ ਦੇਣ ਜੀ ਪਰ ਫਿਰ ਗੱਲ ਤੇ ਉੱਥੇ ਆ ਜਾਂਦੀ ਇੰਨੀ ਵੱਡੀ ਕੋਤਾਹੀ ਹੋਈ ਕਿਵੇਂ ਹੈ ਜੀ ਇੱਕ ਸਬ ਇੰਸਪੈਕਟਰ ਇੱਕ ਸਬ ਇੰਸਪੈਕਟਰ ਇੱਕ ਮਾਨਮਤੀ ਪੋਸਟ ਵੀ ਹੋ ਸਕਦੀ ਹੈ ਆਪਣੇ ਆਪ ਦੇ ਵਿੱਚ ਲੇਕਿਨ ਅਧਿਕਾਰ ਕੀ ਨੇ ਉਸ ਸਬ ਇੰਸਪੈਕਟਰ ਨੂੰ ਅਧਿਕਾਰ ਕਿਵੇਂ ਹੈ ਕਿ ਉਹ ਹਵਾਲਾਤ ਦੇ ਵਿੱਚੋਂ ਮੁਲਜ਼ਮ ਨੂੰ ਇੰਨੇ ਖਤਰਨਾਕ ਨੂੰ ਜਾਂ ਕਿਸੇ ਨੂੰ ਵੀ ਲੈ ਕੇ ਜਾਵੇ ਆਪਣੇ ਘਰ ਵਿੱਚ ਜਾਂ ਹੋਰ ਜਗ੍ਹਾ ਤੇ ਜਾ ਕੇ ਟੇਨ ਕਰੇ ਗਰਲਫ੍ਰੈਂਡ ਨੂੰ ਮਲਵਾਇਆ ਜਾਂਦਾ ਆਪਣੀ ਸਰਕਾਰੀ ਰਹਾਇਸ਼ ਤੇ ਆਪ ਜਨਾਬ ਹੁਣੀ ਸੌ ਜਾਂਦੇ ਨੇ ਜਾਂ ਪੈਸਿਆਂ ਦੇ ਜੋਰ ਨੇ ਉਹਨਾਂ ਨੂੰ ਨੀਂਦ ਆ ਜਾਂਦੀ ਹੈ ਪਤਾ ਨਹੀਂ ਕਿਹੜੀ ਚੀਜ਼ ਨਾਲ ਉਹਨਾਂ ਨੂੰ ਨੀਂਦ ਆ ਗਈ ਤੇ ਜਨਾਬ ਫਰਾਰ ਹੋ ਗਿਆ ਉਥੋਂ ਜੀ ਮੁਲਜ਼ਮ ਸਾਹਿਬ ਤੇ ਮੁਲਾਜ਼ਮ ਉਥੇ ਸੁੱਤੇ ਰਹੇ ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਜਿਸ ਤਰ੍ਹਾਂ ਉਸ ਸਬ ਇੰਸਪੈਕਟਰ ਨੂੰ ਪ੍ਰਤਪਾਲ ਸਿੰਘ ਨੂੰ ਫੜ ਲਿਆ ਗਿਆ ਹਿਰਾਸਤ ਦੇ ਵਿੱਚ ਐ ਡਿਸਮਿਸ ਜਾਂ सस्पेंड ਜੋ ਵੀ ਉਸ ਨੂੰ ਕਰ ਦਿੱਤਾ ਗਿਆ ਕੇਸ ਚੱਲੇਗਾ ਉਸ ਦਾ ਬਿਲਕੁਲ ਉਸ ਦੀ ਇੱਕ ਵੀਡੀਓ ਸਾਹਮਣੇ ਆ ਗਈ ਹੈ ਉਹ ਇੱਕ ਕੋਰਟ ਕੰਪਲੈਕਸ ਦੇ ਵਿੱਚੋਂ ਨਿਕਲਦਾ ਹੈ ਤੇ ਗੱਡੀ ਸਾਹਮਣੇ ਖੜੀ ਹੈ ਪੁਲਿਸ ਦੀ ਤੇ ਜਨਾਬ ਉਹ ਨਹੀਂ ਇਦਾਂ ਜਾ ਰਹੇ ਨੇ ਕੋਈ ਹਥਕੜੀ ਨਹੀਂ ਲੱਗੀ ਹੋਈ ਤੇ ਖਰੇ ਆਮ ਮੁਲਾਜ਼ਮ ਪਿੱਛੇ ਰਹਿ ਗਏ ਨੇ ਜਿਹੜੇ ਉਹਨਾਂ ਨੂੰ ਲੈ ਕੇ ਜਾ ਰਹੇ ਨੇ ਤੇ ਉਹ ਜਰਾਮ ਨਾਲ ਜਾ ਕੇ ਡੋਰ ਖੋਲਦੇ ਨੇ ਤੇ ਗੱਡੀ ਦੇ ਵਿੱਚ ਆਰਾਮ ਨਾਲ ਬੈਠਦੇ ਨੇ ਜੀ ਜਿਵੇਂ ਗੱਲ ਹੀ ਕੋਈ ਨਹੀਂ ਹੁੰਦੀ ਇਸ ਤਰ੍ਹਾਂ ਦਾ ਸਿਸਟਮ ਮੈਂ ਗੱਲ ਕਰਦਾ ਹਾਂ ਅਮਰਜੀਤ ਤੁਸੀਂ ਮੈਨੂੰ ਇਹ ਦੱਸੋ ਮੈਂ ਤੁਹਾਨੂੰ ਸਵਾਲ ਪੁੱਛਦਾ ਜੀ ਕਿ ਇੱਕ ਸਬ ਇਨਸਪੈਕਟਰ ਜਦੋਂ ਇੱਕ ਹਵਾਲਾਤ ਦੇ ਵਿੱਚ ਰਜਿਸਟਰਡ ਕੈਦੀ ਆ ਉਸ ਦਾ ਨੰਬਰ ਹੈ ਸਭ ਕੁਝ ਹੈ ਹਵਾਲਾਤ ਦੇ ਵਿੱਚ ਕੈਦ ਹੈ ਥਾਣੇ ਦੇ ਰੋਜ਼ਨਾਮੇ ਚ ਇਹਦੇ ਵਿੱਚ ਉਸ ਦਾ ਲਿਖਿਆ ਹੋਇਆ ਹੈ ਮੁੰਸ਼ੀ ਕੋਲ ਸਾਰੀ ਰਿਪੋਰਟ ਹੈ ਸਭ ਕੁਝ ਹੈ ਉਸ ਦਾ ਖਾਣਾ ਪਾਣੀ ਸਭ ਕੁਝ ਜਿਹੜਾ ਰਿਕਾਰਡਡ ਹੁੰਦਾ ਸੀਸੀਟੀਵੀ ਵੀ ਲੱਗੇ ਹੋਣੇ ਚਾਹੀਦੇ ਹਵਾਲਾਤ ਦੇ ਵਿੱਚ ਜੀ ਤੇ ਉਸ ਨੂੰ ਰੋਕਣ ਵਾਸਤੇ ਕਿ ਇੱਕ ਉਸ ਨੂੰ ਸਬ ਇਨਸਪੈਕਟਰ ਲੈਵਲ ਦਾ ਬੰਦਾ ਉੱਥੋਂ ਕੱਢ ਕੇ ਨਾ ਲੈ ਜਾਵੇ ਇੱਕ ਵੱਡੇ ਅਫਸਰ ਦੀ ਲੋੜ ਹੈ ਕਿ ਇੱਕ ਸਪਾਈ ਵੀ ਰੋਕ ਸਕਦਾ ਮੈਨੂੰ ਜਵਾਬ ਦਿਓ ਇਸ ਗੱਲ ਦਾ ਬਿਲਕੁਲ ਹੀਰ ਸਾਹਿਬ ਤੁਹਾਡਾ ਸਵਾਲ ਜਿਹੜਾ ਆ ਉਹ ਬਿਲਕੁਲ ਉਹੀ ਕਹਾਣੀ ਦੁਹਰਾਉਂਦਾ ਹੈ ਕਿ ਬਾੜੀ ਜਦੋਂ ਖੇਤ ਨੂੰ ਖਾਣ ਲੱਪ ਪਵੇ ਤੇ ਫਿਰ ਬਾੜ ਨੂੰ ਖੇਤ ਨੂੰ ਬਾੜ ਤੋਂ ਕਿਵੇਂ ਬਚਾਇਆ ਜਾਵੇ ਬਾਹਰਲੀਆਂ ਚੀਜ਼ਾਂ ਤੋਂ ਤਾਂ ਬਚਾਇਆ ਜਾ ਸਕਦਾ ਹੁਣ ਤੁਸੀਂ ਦੇਖੋ ਹਵਾਲਾਤ ਉਸ ਨੂੰ ਘਰ ਲੈ ਗਿਆ ਗਰਲਫ੍ਰੈਂਡ ਦੇ ਨਾਲ ਮਿਲਵਾਇਆ ਜਾਂਦਾ ਔਰ ਹੈਰਾਨੀ ਦੀ ਗੱਲ ਅਜੇ ਤੱਕ ਕਨਫਰਮ ਨਹੀਂ ਹੈ ਜੀ ਗਰਲਫ੍ਰੈਂਡ ਦਾ ਅਜੇ ਤੱਕ ਪਤਾ ਨਹੀਂ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਪੰਜਾਬ ਪੁਲਿਸ ਦੀ ਮਹਿਲਾ ਕਨਸਟੇਬਲ ਹੈ ਜੀ ਮੰਗੇ ਇਲਾਕੇ ਦੇ ਵਿੱਚ ਸਰਕਾਰੀ ਰਹਿائش ਹੈ ਉੱਥੇ ਆਲੇ-ਦੁਆਲੇ ਹੋਰ ਅਫਸਰਾਂ ਦੀਆਂ ਕੋਠੀਆਂ ਨੇ ਉਹਨਾਂ ਦੀ ਕੀ ਸੁਰੱਖਿਆ ਬਈ ਜਿਹੜੀ ਪਰਸੋਂ ਖਬਰ ਨਿਕਲ ਕੇ ਆਈ ਸੀ ਉਹ ਨਰਾ ਝੂਠ ਅੱਜ ਸਾਬਤ ਹੋ ਰਹੀ ਹੈ ਹੁਣ 골ਡੀ ਬ੍ਰਾਂਡ ਦੇ ਸੰਪਰਕ ਦੇ ਵਿੱਚ ਹੈ ਇੱਕ ਪਾਸੇ ਰੈਡ ਕਾਰਨਰ ਉਸ ਦੇ ਖਿਲਾਫ ਲੁਕਆਉਟ ਇੰਟਰਪੋਲ ਦੇ ਵਿੱਚ ਲੱਗਾ ਹੋਇਆ ਹੈ ਸਾਰੇ ਉਸ ਦੇ ਖਿਲਾਫ ਕੇਸ ਦਰਜ ਹੋਏ ਨੇ ਉਹ ਲਗਾਤਾਰ ਸੰਪਰਕ ਦੇ ਵਿੱਚ ਕਿਵੇਂ ਹੈ ਤੇ ਸਾਡੇ ਸੰਪਰਕ ਦੇ ਵਿੱਚ ਕਿਉਂ ਨਹੀਂ ਹੈ ਅਜੇ ਤੱਕ ਜੀ ਉਹਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਕੈਲੀਫੋਰਨੀਆ ਦੇ ਫ੍ਰਿਜਨੋ ਵਿੱਚ ਸ਼ਾਇਦ ਉਹ ਹੋਵੇ ਤੇ ਉਸਨੇ ਰਾਜਸੀ ਸ਼ਰਨ ਲਈ ਉੱਥੇ ਅਪਲਾਈ ਕੀਤਾ ਹੋਇਆ ਤੇ ਲੋਕੇਸ਼ਨ ਜਿਹੜੀ ਉਸਦੀ ਚੈੱਕ ਕੀਤੀ ਜਾ ਰਹੀ ਹੈ ਫ੍ਰਿਜਨੋ ਵਿੱਚ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਹੋ ਸਕਦੀ ਹੈ ਹੁਣ ਮੋਬਾਈਲ ਫੋਨ ਬਰਾਮਦ ਹੋਇਆ ਕੀ ਸਾਜ਼ਿਸ਼ ਦੇ ਵਿੱਚ ਕੱਲਾ ਪ੍ਰਿਤਪਾਲ ਸਿੰਘ ਦੋਸ਼ੀ ਹੈ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਬਹੁਤ ਸਾਰੇ ਸਾਡੇ ਦਰਸ਼ਕ ਵੀ ਇਸ ਗੱਲ ਨੂੰ ਸਮਝਣਗੇ ਤੇ ਮੰਨਣਗੇ ਕਿ ਨਹੀਂ ਇੱਕ ਓਵਰਆਲ ਸਿਸਟਮ ਬਣਿਆ ਹੋਇਆ ਹੈ ਸਾਡਾ ਜਿਸ ਦੇ ਵਿੱਚ ਕੋਈ ਮਤਯਤ ਕਰਮਚਾਰੀ ਆਪਣੇ ਤੋਂ ਉੱਪਰਲੇ ਨੂੰ ਸਵਾਲ ਨਹੀਂ ਕਰਦਾ ਸਵਾਲ ਨਹੀਂ ਕਰ ਸਕਦਾ ਕੁਝ ਉਸ ਦੀਆਂ ਆਪਣੀਆਂ ਖਾਮੀਆਂ ਨੇ ਕੁਝ ਗੱਲਾਂ ਚੋਂ ਗਲਤ ਹੈ ਉਹ ਪੈਸੇ ਖਾਂਦਾ ਹੈ ਨਹੀਂ ਖਾਂਦਾ ਹੈ ਖਾਂਦੀ ਹੈ ਤੇ ਉਹ ਜੇ ਨੀਅਤ ਸਾਫ਼ ਹੋਵੇ ਤੇ ਇੱਕ ਸਿਪਾਹੀ ਦੇ ਕੋਲ ਇੱਕ ਛੋਟੇ ਤੋਂ ਛੋਟੇ ਮੁਲਾਜ਼ਮ ਦੇ ਕੋਲ ਇੱਕ ਸਫਾਈ ਕਰਮਚਾਰੀ ਕੋਲ ਇੰਨੀ ਤਾਕਤ ਹੋਣੀ ਚਾਹੀਦੀ ਹੈ ਕਿ ਉਹ ਵਿਸਲ ਬਲੋਰ ਹੋਵੇ ਤੇ ਗੱਲ ਉਠਾਵੇ ਕਿ ਭਾਈਆ ਕੀ ਚੱਲ ਰਾਇਆ ਇਹਨੇ ਦਿਨਾਂ ਤੋਂ ਜੀ ਉਹ ਪਹਿਲਾ ਦਿਨ ਨਹੀਂ ਸੀ ਦੱਸਿਆ ਜਾਂਦਾ ਦੂਸਰਾ ਜਾਂ ਤੀਸਰਾ ਮੌਕਾ ਸੀ ਜਦੋਂ ਜਨਾਬ ਹੁਣ ਉਹਨੂੰ ਆਪਣੇ ਘਰ ਲੈ ਕੇ ਗਏ ਨੇ ਜੀ ਹੁਣ ਤੁਸੀਂ ਦੇਖੋ ਹੁਣ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਬਾਰਡਰ ਸੀਲ ਕਰ ਦਿੱਤੇਗਾ ਨੇਪਾਲ ਦਾ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਨੇਪਾਲ ਦੇ ਜ਼ਰੀਏ ਦੁਬਈ ਤੇ ਫਿਰ ਉੱਥੋਂ ਕਿਸੇ ਹੋਰ ਕੰਟਰੀ ਨੂੰ ਨਿਕਲਣ ਦੀ ਤਿਆਰੀ ਦੇ ਵਿੱਚ ਹੈ ਇਹ ਗੈਂਗਸਟਰ ਏਟੀਐਮ ਵੀ ਵਰਤਿਆ ਉਸਨੇ ਕੈਸ਼ ਕਢਵਾਇਆ ਉਹ ਕੈਸ਼ ਦਾ ਉਹ ਖਾਤਾ ਕਿਸ ਦਾ ਹੈ ਏਟੀਐਮ ਉਸ ਕੋਲ ਕਿਵੇਂ ਆ ਗਿਆ ਉਹ ਖਾਤੇ ਵਿੱਚ ਪੈਸੇ ਕਿੱਥੋਂ ਆਏ ਇਹ ਸਾਰੀਆਂ ਗੱਲਾਂ ਦੇ ਜਵਾਬ ਕੌਣ ਦੇਵੇਗਾ ਜੇ ਜੇ ਕਿਸੇ ਲਾਲਚ ਦੇ ਤਹਿਤ ਪੂਰੀ ਦੀ ਪੂਰੀ ਸਾਜ਼ਿਸ਼ ਦੇ ਵਿੱਚ ਇਹ ਸਾਬ ਇਨਸਪੈਕਟਰ ਸ਼ਾਮਲ ਸੀ ਤੇ ਬਾਕੀ ਕਿੱਥੇ ਸੁੱਤੇ ਹੋਏ ਸੀ? ਇਹ ਕਿਸ ਨੇ ਇਜਾਜ਼ਤ ਦਿੱਤੀ ਆ ਕਿ ਇਸ ਤਰ੍ਹਾਂ ਲੈ ਜਾਵੇ ਉਸਨੂੰ? ਮੈਂ ਇਹ ਸਮਝਦਾ ਕਿ ਪੁਲਿਸ ਨੂੰ ਜਾਂਚ ਜ਼ਬਰਦਸਤ ਤਰੀਕੇ ਨਾਲ ਕਰਨੀ ਚਾਹੀਦੀ ਹੈ। ਪੁਲਿਸ ਮਹਿਕਮੇ ਤੇ ਅਸੀਂ 100 ਬਾਰੀਂ ਉਂਗਲੀ ਉਠਾ ਲਈਏ ਉਹਨਾਂ ਤੇ ਸਭ ਤੋਂ ਵੱਧ ਉੱਠਦੀ ਆ ਉਹਦੇ ਕਾਰਨ ਕਈ ਨੇ ਕਿਉਂਕਿ ਸਾਰਾ ਧਰਮਦਾਰ ਵੀ ਉਹਨਾਂ ਦੇ ਸਿਰ ਤੇ ਆ। ਬਿਲਕੁਲ। ਪਰ ਜਦੋਂ ਮੈਂ ਬਹੁਤ ਮੌਕਿਆਂ ਤੇ ਵੇਖਿਆ ਹੈ ਕਿ ਜਦੋਂ ਪੁਲਿਸ ਆਪਣੀ ਕਾਰਵਾਈ ਕਰਨ ਤੇ ਆਉਂਦੀ ਫਿਰ ਕਰਦੀ ਆ। ਇੰਡੀਪੈਂਡੈਂਟ ਹੋ ਕੇ ਜਦੋਂ ਕਾਰਵਾਈ ਕਰਨ ਕਿਸੇ ਸਿਆਸੀ ਦਬਾਅ ਨਾ ਹੋਵੇ ਲਾਲਚ ਨਾ ਹੋਵੇ ਕੋਈ ਤੇ ਪੁਲਿਸ ਅਫਸਰ ਬਹੁਤ ਚੰਗੇ ਚੰਗੇ ਨੇ بڑے ਛੋਟੇ ਲੈਵਲ ਦੇ ਕਰਮਚਾਰੀ ਨੇ ਜਿਹੜੇ ਕਿਸੇ ਤੋਂ ਇੱਕ ਪੈਸਾ ਨਹੀਂ ਲੈਂਦੇ ਕਾਨਾ ਨਹੀਂ ਲੈਂਦੇ ਉਹ ਜ਼ਿੰਦਗੀ ਨਹੀਂ ਬਸਰ ਕਰਦੇ ਚੈਨ ਦੀ ਨੀਂਦ ਨਹੀਂ ਸੌਂਦੇ ਇਹ ਕੀ ਹੋ ਰਿਹਾ ਸਾਡੇ ਮੁਲਕ ਦੇ ਵਿੱਚ ਮੈਂ ਸਮਝਦਾ ਕਿ ਇਸ ਮਾਮਲੇ ਦੀ ਜਾਂਚ ਹੋਵੇ ਬਿਲਕੁਲ ਟਰਾਂਸਪੇਰੈਂਸੀ ਦੇ ਨਾਲ ਔਰ ਕੋਈ ਬਖਸ਼ਿਆ ਨਹੀਂ ਜਾਣਾ ਚਾਹੀਦਾ ਸਰਕਾਰ ਇਸ ਮਾਮਲੇ ਤੇ ਅਜੇ ਚੁੱਪ ਹੈ ਪਰ ਜਿੰਨੀਆਂ ਕੋਸ਼ਿਸ਼ਾਂ ਉਸ ਨੌਜਵਾਨ ਨੂੰ ਫੜਨ ਦੀਆਂ ਹੋਈਆਂ ਨੇ ਉਹ ਅਜੇ ਤੱਕ ਬੇਕਾਰ ਗਈਆਂ ਨੇ ਬਹੁਤ ਛਤਰ ਹੈ 2017 ਦੇ ਵਿੱਚ ਪੰਚਕੂਲਾ ਤੋਂ ਭੱਜਿਆ ਤੇ ਬੰਗਲੌਰੂ ਜਾ ਕੇ ਦਸੰਬਰ ਮਹੀਨੇ ਚ ਲੱਭਾ ਸੀ ਗਰਮੀਆਂ ਦਾ ਭੱਜਿਆ ਹੋਇਆ ਤੇ ਅਜੇ ਇਨੀ ਛੇਤੀ ਕਿੱਥੋਂ ਹੱਥ ਲੱਗ ਜਾਵੇਗਾ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਉਸ ਦੀ ਟ੍ਰੇਸਿੰਗ ਕਿਵੇਂ ਹੋਵੇਗੀ ਕੀ ਹੋਵੇਗੀ ਇਸ ਗੱਲ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੱਕ ਹੋਰ ਚੀਜ਼ ਜੇ ਸਾਨੂੰ ਪਤਾ ਹੈ ਕਿ ਸਾਰਾ ਨੈਟਵਰਕ ਸਿਸਟਮ ਜਿਹੜਾ ਹੈ ਉਹ ਜਿੰਨੇ ਅਪਰਾਧੀ ਲੋਕ ਨੇ ਉਹ ਫੋਨਾਂ ਦੇ ਥਰੂ ਚਲਾਉਂਦੇ ਨੇ ਇਹ ਕਿੰਨੀ ਇੱਕ ਵੱਡੀ ਸਮੱਸਿਆ ਹੈ ਕਿ ਜ਼ਿਲ੍ਹਿਆਂ ਦੇ ਵਿੱਚ ਫੋਨ ਨਹੀਂ ਬੰਦ ਹੋ ਸਕਦੇ ਜੀ ਕਿੰਨੀ ਕਬੱਡੀ ਸਮੱਸਿਆ ਹੈ ਜੇ ਸਹੀ ਤਰੀਕੇ ਨਾਲ ਇਸ ਨੂੰ ਹੱਥ ਪਾਇਆ ਜਾਵੇ ਤੇ ਸਭ ਕੁਝ ਹੋ ਸਕਦਾ ਪਰ ਅਜੇ ਜਿਹੜੀਆਂ ਸਮੱਸਿਆਵਾਂ ਬਹੁਤੀਆਂ ਨੇ ਔਰ ਇਹਨਾਂ ਤੇ ਇਹਨਾਂ ਨੂੰ ਜੇ ਕਹ ਲਈ ਕਿ ਇੱਕ ਐਗਜ਼ਾਮਪਲ ਦੇ ਨਾਲ ਇਸ ਨੂੰ ਸੈੱਟ ਕਰ ਲਿਆ ਜਾਵੇਗਾ ਨਹੀਂ ਉਹ ਹੋਣਾ ਨਹੀਂ ਸਿਸਟਮ ਪੂਰੇ ਦਾ ਪੂਰਾ ਹਿੱਲਿਆ ਹੋਇਆ ਇੰਨੇ ਸਾਲਾਂ ਤੋਂ ਔਰ ਵਿਰੋਧੀ ਪਾਰਟੀਆਂ ਦੀ ਮੈਂ ਗੱਲ ਕਰਨੀ ਚਾਹੁੰਦਾ ਇੱਥੇ ਰੋਲਾ ਪਾ ਦੇਣਾ ਭਗਵੰਤ ਮਾਨ ਗਰਵਾ ਕਰ ਰਿਆ ਸੀ ਉਹ ਕਰ ਰਿਆ ਸੀ ਇਹ ਗੱਲਾਂ ਦਾ ਕੋਈ ਬਹੁਤਾ ਮੀਨਿੰਗ ਨਹੀਂ ਹੈ ਇਹੋ ਜੀ ਇਹ ਕੋਈ ਅਲੋਪਕਾਰੀ ਘਟਨਾ ਨਹੀਂ ਹੈ ਜਿਵੇਂ ਤੁਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਕਿਹਾ ਨਾ ਜੀ ਕਿ ਇੱਥੇ ਬਹੁਤ ਬਾਰੀ ਬਹੁਤ ਕੁਝ ਹੁੰਦਾ ਤੇ ਇਹ ਇਹ ਅਜੇ ਵੀ ਹਟਣਾ ਨਹੀਂ ਬਿਲਕੁਲ ਇਹ ਵੀ ਲਿਖ ਲਈ ਜਾਵੇ ਇਹ ਅਜੇ ਕਿੱਥੋਂ हट ਜਾਏਗਾ ਜੇ ਸਿਸਟਮ ਦੇ ਵਿੱਚ ਨੁਕਸ ਹੈ ਤੇ ਇਹ ਜਿਹੜੀਆਂ ਇਹ ਇਹ ਫਿਲਮੀ ਕਹਾਣੀਆਂ ਨੇ ਸਾਡੇ ਸਾਹਮਣੇ ਆਉਂਦੀਆਂ ਰਹਿਣੀਆਂ ਨੇ ਸਾਹਮਣੇ ਬਿਲਕੁਲ ਕਿਉਂਕਿ ਜੇ ਔਰ ਇਸ ਮਾਮਲੇ ਤੇ ਇੱਥੇ ਗੈਂਗਸਟਰ ਰਾਜ ਹੈ ਗੁੰਡਿਆਂ ਦਾ ਰਾਜ ਹੈ ਜੇ ਅੱਜ ਰਾਜ ਸੀ ਤਾਂ ਫਿਰ ਮੈਂ ਇਹ ਵੀ ਕਹਿਣ ਨੂੰ ਮੈਨੂੰ ਕੋਈ ਹਰਜ ਨਹੀਂ ਪਿਛਲੇ 70 72 ਸਾਲਾਂ ਤੋਂ ਇਹੋ ਕੁਝ ਹੀ ਹੈ ਪਹਿਲਾਂ ਵੀ ਇਹੋ ਕੁਝ ਸੀ ਬਿਲਕੁਲ ਬਦਮਾਸ਼ ਕਿਹੜੇ ਸਮਾਜ ਦੇ ਵਿੱਚ ਕਿਹੜੀ ਸੋਸਾਇਟੀ ਦੇ ਵਿੱਚ ਕਿਹੜੇ ਦੇਸ਼ ਦੇ ਵਿੱਚ ਨਹੀਂ ਹੁੰਦੇ ਹੁੰਦੇ ਨੇ ਪਰ ਕੋਈ ਸਿਸਟਮ ਤਾਂ ਹੋਵੇ ਕਿਤੇ ਤਾਂ ਕੋਈ ਲਾਈਨ ਖਿੱਚੀ ਹੋਵੇ ਕਿ ਭਾਈ ਇਸ ਤਰੀਕੇ ਨਾਲ ਇਹਨੂੰ ਨਜਿੱਠਣਾ ਇਹ ਇੰਨੇ ਗੈਂਗਸਟਰ ਪੈਦਾ ਕਿਵੇਂ ਹੋ ਗਏ ਨੇ ਪੰਜਾਬ ਦੇ ਵਿੱਚ ਇੱਕ ਟਾਈਮ ਤੇ ਕਹਿੰਦੇ ਕਿ ਕਲਾਸ A ਗੈਂਗਸਟਰਾਂ ਦੇ 6 ਤੋਂ 7 ਗੈਂਗ ਸੀ ਜਿਹੜੇ ਹੁਣ ਕੁਝ ਘਟ ਗਏ ਨੇ ਅੱਗੇ ਨਾਲੋਂ ਜੀ ਔਰ ਜੇ ਕਲਾਸ A B C ਤਿੰਨਾਂ ਨੂੰ ਮਿਲਾ ਲਿਆ ਜਾਵੇ ਤੇ 52 ਤੋਂ 55 ਗੈਂਗ ਨੇ ਪੰਜਾਬ ਦੇ ਵਿੱਚ ਜੀ ਜੇ ਇਸ ਲੈਵਲ ਤੇ ਇਹ ਨੌਜਵਾਨ ਆਮ ਜਨ ਨੌਜਵਾਨ ਨੇ ਕਿਹਦਾ ਜੀ ਕਰਦਾ ਜੰਮਦਿਆਂ ਸਾਰੀ ਕਿ ਮੈਂ ਇਹੋ ਜੇ ਕੰਮਾਂ ਦੇ ਵਿੱਚ ਪੈਣਾ ਉਹ ਘਟੋ ਘਟ ਉਹਨਾਂ ਨੂੰ ਨੌਜਵਾਨਾਂ ਨੂੰ ਮੁੱਖ ਧਾਰਾ ਦੇ ਵਿੱਚ ਲਿਆਉਣ ਲਈ ਕੁਝ ਨਾ ਕੁਝ ਰੀਹੈਬ ਸਿਸਟਮ ਚੱਲਣਾ ਚਾਹੀਦਾ ਔਰ ਉਹ ਨੌਜਵਾਨ ਜਿਹੜੇ ਨੇ ਉਹ ਸਾਡੇ ਆਪਣੇ ਬੱਚੇ ਨੇ ਉਹਨਾਂ ਨੂੰ ਸਮਝਾਇਆ ਜਾਵੇ ਜਿਹੜੇ ਪੁੱਠੇ ਰਾ ਪੈ ਗਏ ਨੇ ਉਹਨਾਂ ਨੂੰ ਕਾਨੂੰਨ ਦੇ ਦਤਾਰੇ ਦੇ ਵਿੱਚ ਲੈ ਕੇ ਆਂਦਾ ਜਾਵੇ ਔਰ ਜਵਾਬਦੇਹ ਬਣਾਇਆ ਜਾਵੇ ਔਰ ਇਹ ਕਾਲੀਆਂ ਭੇਡਾਂ ਜਿਹੜੀਆਂ ਸਾਡੇ ਕਾਨੂੰਨ ਦੇ ਵਿੱਚ ਬਿਠੀਆਂ ਹੋਈਆਂ ਨੇ ਤੇ ਸਾਡੇ ਰਾਜਸੀ ਹਲਕਿਆਂ ਦੇ ਵਿੱਚ ਬਿਠੀਆਂ ਹੋਈਆਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਪਾਲਿਆ ਵਰਤਿਆ ਤੇ ਹੁਣ ਪੁੱਝ ਕੇ ਛੁੱਟ ਦਿੱਤਾ ਉਹਨਾਂ ਨੂੰ ਵੀ ਨੱਥ ਪਾਣੀ ਚਾਹੀਦੀ ਹੈ ਇਹ ਬਹੁਤ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ ਹੀ ਨਹੀਂ ਸਾਰੇ ਸੂਬਿਆਂ ਦੇ ਵਿੱਚ ਹੈ ਇਸ ਇਸ ਮੁੰਡੇ ਨੂੰ ਫੜਨ ਲਈ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਸਾਰੀਆਂ ਸ਼ਹਿਰ ਜਗ੍ਹਾ ਤੇ ਛਾਪੇ ਪਏ ਨੇ ਹੱਥ ਖਾਲੀ ਨੇ ਪੁਲਿਸ ਦੇ ਅਜੇ ਤੱਕ ਕੁਝ ਹੱਥ ਨਹੀਂ ਲੱਗਾ ਖੀਰ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਕਿ ਇਹ ਵੱਡੀ ਸਮੱਸਿਆ ਆ ਇਹਦੇ ਚ ਕੋਈ ਦੋਰਾਵਾ ਨਹੀਂ ਇਸ ਇੱਕ ਨੂੰ ਫੜਨ ਨਾਲ ਜਾਂ ਇਸ ਸਮੱਸਿਆ ਨੂੰ ਹੱਲ ਕਰਨ ਨਾਲ ਕੋਈ ਸਿਸਟਮ ਠੀਕ ਹੋ ਜਾਵੇਗਾ ਇਹਦੇ ਤੋਂ ਵੀ ਇਹਦੇ ਚ ਵੀ ਇਹਦੇ ਚ ਵੀ ਕੋਈ ਇਨਕਾਰ ਨਹੀਂ ਪੁਲਿਸ ਜਦੋਂ ਚਾਵੇ ਤੇ ਬਹੁਤ ਕੁਝ ਕਰ ਸਕਦੀ ਆ ਇਹਦੀਆਂ ਸਾਡੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਸ ਨੇ ਮੋਬਾਈਲ ਫੋਨ ਜਿਹੜੇ ਆ ਇਹਨਾਂ ਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਬੰਦ ਕੀਤਾ ਜਾ ਜਾ ਸਕਦਾ ਹੈ ਇਹ ਵੀ ਗੱਲ ਬਿਲਕੁਲ درست ਹੈ ਸਿਸਟਮ ਬਦਲਦਾ ਕਦੇ ਵੀ ਨਹੀਂ ਸਰਕਾਰ ਜ਼ਰੂਰ ਬਦਲ ਜਾਂਦੀ ਹੈ ਉਹ ਭਗਤ ਸਿੰਘ ਦੇ ਸਮੇਂ ਤੋਂ ਅਸੀਂ ਸੁਣਦੇ ਹਾਂ ਕਿ ਗੋਰੇ ਸਾਹਿਬ ਚਲੇ ਜਾਣਗੇ ਤੇ ਭੂਰੇ ਸਾਹਿਬ ਆ ਜਾਣਗੇ ਇੱਕ ਪਾਰਟੀ ਦਾ ਰਾਜ ਬਦਲਦਾ ਹੈ ਪੱਗਾਂ ਦੇ ਰੰਗ ਬਦਲ ਜਾਂਦੇ ਨੇ ਝੰਡਿਆਂ ਦੇ ਰੰਗ ਬਦਲ ਜਾਂਦੇ ਨੇ ਪਰ ਸਿਸਟਮ ਦੇ ਵਿੱਚ ਸੁਧਾਰ ਦੀ ਜਿਹੜੀ ਸਾਡੀ ਇੱਕ ਸੋਚ ਹੈ ਸਾਨੂੰ ਇੱਕ ਉਮੀਦ ਰਹਿੰਦੀ ਹੈ ਉਹਦੇ ਵਿੱਚ ਕਦੇ ਬਦਲਾਅ ਜਿਹੜਾ ਹੈ ਉਹ ਦੇਖਣ ਚ ਨਹੀਂ ਆਉਂਦਾ ਇਹ ਗੱਲ ਤੁਹਾਡੀ ਬਿਲਕੁਲ درست ਹੈ ਕਿ ਉਸ ਇੱਕ ਪੁਲਿਸ ਮੁਲਾਜ਼ਮ ਦੇ ਕਰਨ ਨਾਲ ਇਹ ਸਭ ਕੁਝ ਬਿਲਕੁਲ ਨਹੀਂ ਹੋਇਆ ਹੋਵੇਗਾ ਤੁਸੀਂ ਹੁਣੇ ਗੱਲ ਕਰਦੇ ਸੀ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਇੱਕ ਕਾਂਗੀ ਦੇ ਵਿੱਚ ਇੱਕ ਪਾਤਰ ਦੂਜੇ ਪਾਤਰ ਨੂੰ ਪੁੱਛਦਾ ਕਿ ਕੀ ਚਾਹੀਦਾ ਉਹ ਕਹਿੰਦਾ ਚਾਹੀਦਾ ਤੇ ਬਹੁਤ ਕੁਝ ਹੈ ਜਿੰਨਾ ਕੁਝ ਮਿਲ ਜਾਏ ਉਹਨੇ ਨਾਲ ਹੀ ਗੁਜ਼ਾਰਾ ਕਰਨਾ ਚਾਹੀਦਾ ਸੋ ਅਸੀਂ ਕੁੱਲ ਮਿਲਾ ਕੇ ਉਸ ਗੁਜ਼ਾਰੇ ਤੇ ਹੀ ਮਹਦੂਦ ਹੋ ਕੇ ਰਹਿ ਗਏ ਆ ਕਦੇ ਕੁਝ ਹੋ ਜਾਂਦਾ ਹੈ ਕਦੇ ਕੁਝ ਹੋ ਜਾਂਦਾ ਹੈ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਐ ਤੇ ਸਰਕਾਰ ਦਾ ਸਾਰਾ ਜ਼ੋਰ ਜਿਹੜਾ ਆ ਬੇਪਰੋਸਗੀ ਮਤੇ ਤੇ ਲੱਗਾ ਹੋਇਆ ਸੀ ਖੈਰ ਉਹ ਤੇ ਹੱਲ ਹੋ ਗਿਆ ਹੁਣ ਦੇਖਦੇ ਆ ਕਿ ਇਹ ਬੰਦਾ ਫੜਿਆ ਜਾਂਦਾ ਜੇ ਇਹ ਫੜਿਆ ਜਾਂਦਾ ਤੇ ਇਸ ਤੋਂ ਬਾਅਦ ਜਿਹੜਾ ਘਟਨਾ ਕਰਾਮਾ ਉਹ ਕਿੱਧਰ ਨੂੰ ਜਾਂਦਾ ਪਰ ਬਲਿਹਾਰੀਆਂ ਇਹਨਾਂ ਇਸ ਨੈਕਸਸ ਦੇ ਜਿਹੜਾ ਇੰਨੇ ਸਾਲਾਂ ਤੋਂ ਚੱਲ ਰਿਹਾ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਜਦੋਂ ਕੋਈ ਘਟਨਾ ਹੁੰਦੀ ਐ ਉਸ ਤੋਂ ਬਾਅਦ ਹੀ ਜਾਗਦਾ ਵੇਲਾ ਹੋ ਰਿਹਾ ਇਸ ਪ੍ਰੋਗਰਾਮ ਵਿੱਚ ਇੱਕ ਬ੍ਰੇਕ ਤਾਂ ਮਿਲਦੇ ਆ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਹੀਰਸਾਬ ਅਸੀਂ ਪਿਛਲੇ ਹਿੱਸੇ ਦੇ ਵਿੱਚ ਲੈਂਡ ਆਰਡਰ ਤੇ ਗੈਂਗਸਟਰ ਦੀ ਸਮੱਸਿਆ ਦੀ ਗੱਲ ਕੀਤੀ ਤੇ ਅਗਲਾ ਜਿਹੜਾ ਸਵਾਲ ਆ ਉਹ ਬਿਲਕੁਲ ਵੱਖਰੀ ਤਰ੍ਹਾਂ ਦਾ ਹੈ ਹਾਲਾਂਕਿ ਜੁੜਿਆ ਉਹ ਸਿਆਸਤ ਦੇ ਨਾਲ ਹੀ ਹੈ ਬੀਤੇ ਦਿਨੀ ਸਾਡੀ ਨਵੀਂ ਨਵੀਂ ਸਰਕਾਰ ਬਣੀ ਹੈ ਹਾਲਾਂਕਿ ਹੁਣ ਤੇ ਉਹਨੂੰ ਨਵੀਂ ਵੀ ਨਹੀਂ ਕਹਿ ਸਕਦੇ ਛਮਾਈ ਪੂਰੀ ਕਰ ਲਈ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਇੱਕ ਸਮਾਰੋਹ ਦੇ ਵਿੱਚ ਬੈਠੇ ਸੀ ਤੇ ਗੱਲਬਾਤ ਕਰਦੇ ਨਜ਼ਰ ਆਏ ਤੇ ਨਾਲ ਦੀ ਨਾਲ ਇੱਕ ਹੋਰ ਵੱਡੀ ਸ਼ਖਸੀਅਤ ਸੀ ਉਹਨਾਂ ਨੇ ਗੱਲਬਾਤ ਕਰਦਿਆਂ ਕਰਦਿਆਂ ਮੂੰਹ ਤੇ ਮਾਸਕ ਲਾ ਲਿਆ ਤੇ ਅੱਜ ਕੱਲ੍ਹ ਹਰ ਚੀਜ਼ ਜਿਹੜੀ ਆ ਉਹ بڑے ਵੱਡੇ ਵੱਡੇ ਕੈਮਰੇ ਜਿਹੜੇ ਉਹ ਕੈਦ ਕਰ ਲੈਂਦੇ ਆ ਤੇ ਕਹਾਣੀ ਉੱਥੇ ਫਿਰ ਇਹ ਜੁੜੀ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਭਗਵੰਤ ਮਾਨ ਨੇ ਹਾਲਾਂਕਿ ਉਹਨਾਂ ਦੇ ਮੋਢੇ ਤੇ ਜਿਹੜੇ ਤਮਗੇ ਲੱਗੇ ਹੋਏ ਨੇ ਉਹ ਬਹੁਤ ਵੱਡੇ ਵੱਡੇ ਨੇ ਚਾਹੇ ਉਹ ਸਟੇਜ ਦੇ ਹੋਣ ਚਾਹੇ ਉਹ ਸਿਆਸਤ ਦੇ ਹੋਣ ਪਰ ਉਹ ਕਹਿੰਦੇ ਨੇ ਨਾ 100 ਵਾਰ ਹਸਾਏ ਦਾ ਨਾਂ ਨਹੀਂ ਹੁੰਦਾ ਇੱਕ ਵਾਰ ਰੋਏ ਦਾ ਨਾਂ ਹੁੰਦਾ ਤੇ ਜਿਹੜੀ ਉਹਨਾਂ ਦੀ ਇੱਕ ਮੂੰਹ ਦੇ ਵਿੱਚ ਟੁੱਟੇ ਦੰਦ ਵਾਲੀ ਗੱਲ ਹੈ ਕਿ ਜੀਭ ਹਮੇਸ਼ਾ ਟੁੱਟੇ ਦੰਦ ਥੱਲੇ ਜਾਂਦੀ ਉਹ ਸ਼ਰਾਬ ਵਾਲੀ ਘਟਨਾ ਜਿਹੜੀ ਆ ਮੁਰਮੁਰ ਸਾਹਮਣੇ ਆਉਂਦੀ ਆ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਅਲਾਮਤ ਫਿਰ ਤੋਂ ਪਿੱਛੇ ਲੱਗੀ ਹੋਈ ਆ ਜਾਂ ਘਟਨਾ ਕੁਝ ਹੋ ਰਿਹਾ ਗੱਲ ਸਿਰਫ ਇਹ ਹੈ ਕਿ ਉਸ ਜਿਹੜੀ ਵੀਡੀਓ ਕਲਿੱਪ ਆ ਉਹਦੇ ਨੂੰ ਤੁਸੀਂ ਹੁਣ ਕਿਵੇਂ ਵਿਸਤਾਰ ਦੇਣਾ ਜੀ ਗੱਲ ਇਹ ਆ ਜੀ ਕਿ ਸ਼ਰਾਬ ਦੇ ਬਾਰੇ ਕੁਝ ਸਾਡੇ ਰਾਜਨੀਤੀਵਾਨ ਇਸ ਤਰ੍ਹਾਂ ਗੱਲ ਕਰ ਰਹੇ ਨੇ ਜਿਵੇਂ ਆਪ ਆਪ ਬਹੁਤ ਅਨਲੱਗ ਹੋਣ ਇਸ ਚੀਜ਼ ਤੋਂ ਜੀ ਮੈਂ ਪਾਕਿਸਤਾਨ ਦਾ ਇੱਕ ਪ੍ਰੋਗਰਾਮ ਇੱਕ ਵਾਰੀ ਦੇਖ ਰਿਹਾ ਸੀ ਤੇ ਉੱਥੇ ਸ਼ੂਗਰ ਮਿੱਲਾਂ ਦਾ ਵਿਵਾਦ ਜਿਹੜਾ ਸੀ ਚੈਨਲ ਤੇ ਇੱਕ ਚੱਲ ਰਿਹਾ ਸੀ ਕਿ ਕੀ ਹੈ ਉਹ ਉਹਨਾਂ ਨੇ ਸਟਾਏ ਕੱਢਿਆ ਕਿ ਜ਼ਿੰਮੇਦਾਰਾਂ ਨੂੰ ਥੱਲੇ ਲਾ ਦਿੱਤਾ ਜਾਂਦਾ ਹੈ ਗੰਨੇ ਦੇ ਕਾਸ਼ਤਕਾਰਾਂ ਦੇ ਮੰਦੇ ਹਾਲ ਨੇ ਉਹਨਾਂ ਦਾ ਗੰਨਾ ਖਰੀਦਿਆ ਨਹੀਂ ਜਾਂਦਾ ਪੇਮੈਂਟਾਂ ਨਹੀਂ ਦਿੱਤੀਆਂ ਜਾਂਦੀਆਂ ਹੁਣ ਉੱਥੇ ਇਹ ਜਿਹੜਾ ਉਹਨੇ ਟਿੱਟਾ ਕੱਟਿਆ ਕਿ ਸਾਰੀਆਂ ਜਿਹੜੀਆਂ 슈ਗਰ ਮਿਲਾਂ ਨੇ ਸਿਆਸਤਦਾਨਾਂ ਦੀਆਂ ਨੇ ਫਿਰ ਸਿਆਸਤਦਾਨਾਂ ਨਾਲ ਹੱਥ ਮਿਲੇ ਹੁੰਦੇ ਨੇ ਸਰਕਾਰਾਂ ਨਾਲ ਤੇ ਉਹ ਜਿਵੇਂ ਮਰਜ਼ੀ ਚਲਾਉਂਦੇ ਨੇ ਉਹਨਾਂ ਨੂੰ ਪੁੱਛਣ ਵਾਲਾ ਕੌਣ ਹੈ ਭਾਈ ਜੀ ਪੰਜਾਬ ਦੀ ਜੇ ਮੈਂ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਜਿੰਨੀਆਂ 슈ਗਰ ਮਿਲਾਂ ਨੇ ਉਹਨਾਂ ਵਿੱਚੋਂ 90% ਦੀ ਵਿੱਚ ਸ਼ਰਾਬ ਪੈਦਾ ਕੀਤੀ ਜਾਂਦੀ ਹੈ ਬਣਾਈ ਜਾਂਦੀ ਹੈ ਜੀ ਡਿਸਟਿਲਰੀਜ਼ ਤੇ ਰੈਫਾਇਨਰੀ ਚ ਲੱਗੀਆਂ ਹੋਈਆਂ ਨੇ ਹੁਣ ਬਿਜਲੀ ਵੀ ਬਣਦੀ ਹੈ ਕਿ ਜਗ੍ਹਾ ਤੇ ਇੰਨਾ ਵੱਡਾ ਕਾਰੋਬਾਰ ਸ਼ਰਾਬ ਦੀ ਆਮਦਨ ਤੋਂ ਬਿਨਾ ਪੰਜਾਬ ਸਰਕਾਰ ਦਾ ਚੱਲਣਾ ਅਸੰਭਵ ਜਾਪਦਾ ਹੈ ਜੀ ਕਈ ਸੂਬਿਆਂ ਵਿੱਚ ਸ਼ਰਾਬੰਦੀ ਵੀ ਹੈਗੀ ਆ ਉਹ ਵੀ ਚਲਾਉਂਦੇ ਨੇ ਪਰ ਏਡੀ ਵੱਡੀ ਗੱਲ ਕੋਈ ਨਹੀਂ ਇਹ ਚਲਾਣੀ ਹੋਵੇ ਤਾਂ ਚੱਲ ਸਕਦੀ ਹੈ ਹੋਰ ਸਰਸਿਸ ਬੜੇ ਨੇ ਸਾਡੇ ਮਾਨਯੋਗ ਸਾਡੀ ਜਿਹੜੀ ਸਰਕਾਰ ਰਹੀ ਹੈ ਅਕਾਲੀ ਦਲ ਦੀ ਤੇ ਉਹਨਾਂ ਦੇ ਬਹੁਤ ਵੱਡੇ ਵੱਡੇ ਅਹੁਦੇਦਾਰ ਵੱਡੇ ਵੱਡੇ ਸ਼ਰਾਬ ਦੇ ਕਾਰੋਬਾਰੀ ਸਨ ਇਥੋਂ ਤੱਕ ਕਿ ਇੱਕ ਧਾਰਮਿਕ ਸੰਸਥਾ ਦੇ ਮੁਖੀ ਦੇ ਪਰਿਵਾਰ ਦਾ ਮੁੱਖ ਕੰਮ ਸ਼ਰਾਬ ਦਾ ਜਿਹੜੀ ਡਿਸਟ੍ਰਿਬਿਊਸ਼ਨ ਹੈ ਉਹ ਸੀ ਜੀ ਹੁਣ ਗੱਲ ਕਰਦੇ ਆ ਕਿ ਭਗਵੰਤ ਮਾਨ ਦੀ ਸ਼ਰਾਬ ਚੁੱਪਦੀ ਹੈ ਬਹੁਤਿਆਂ ਨੂੰ ਬਿਲਕੁਲ ਮੈਂ ਇਥੇ ਬਿਲਕੁਲ ਜਾਇਜ਼ ਨਹੀਂ ਠਹਿਰਾ ਰਿਹਾ ਭਗਵੰਤ ਮਾਨ ਨੇ ਖੁਦ ਮੰਨਿਆ ਹੋਇਆ ਕਿ ਮੇਰੀ ਸਮੱਸਿਆ ਸੀ ਤੇ ਮੈਂ ਘਟਾਵਾਂਗਾ 2019 ਚ ਉਹਨਾਂ ਨੇ ਸੌ ਖਾਦੀ ਹੋਈ ਹੈ ਜੀ ਉਸ ਤੋਂ ਪਹਿਲਾਂ ਇੱਕ ਹਰਿੰਦਰ ਸਿੰਘ ਖਾਲਸਾ ਸਾਡੇ ਮੈਂਬਰ ਪਾਰਲੀਮੈਂਟ ਸਾਨੂੰ ਕਹਿੰਦੇ ਸੀ ਮੇਰੀ ਸੀਟ ਬਦਲ ਦਿਓ ਲੋਕ ਸਭਾ ਦੇ ਵਿੱਚ ਜੀ ਮੈਨੂੰ ਬਹੁਤ ਆਉਂਦੀ ਹੈ ਭਗਵੰਤ ਮਾਨ ਦੇ ਕੋਲ ਤੇ ਜੇ ਕਿਤੇ ਤੁਸੀਂ ਵੀਡੀਓ ਕੋ ਲੱਭ ਕੇ ਵੀ ਵਿਖਾਉਣੀ ਹੋਵੇ ਹਰਿੰਦਰ ਸਿੰਘ ਖਾਲਸਾ ਦੀ ਕਿ ਉਹਨਾਂ ਨੇ ਕਿਹੜਾ ਪੰਜਾਬ ਦਾ ਹੋਰ ਮੁੱਦਾ ਚੁੱਕਿਆ ਜੀ ਤੇ ਉਹ ਸ਼ਾਇਦ ਤੁਹਾਨੂੰ ਲੱਭਣ 'ਚ ਮੁਸ਼ਕਲ ਹੋਵੇ ਤੇ ਭਗਵਾਨ ਤੁਹਾਨੂੰ ਹਜ਼ਾਰਾਂ ਵੀਡੀਓ ਮਿਲ ਜਾਣਗੀਆਂ ਜਿੱਥੇ ਪੰਜਾਬ ਦੇ ਮੁੱਦੇ ਤੇ ਦੇਸ਼ ਦੇ ਮੁੱਦੇ ਉਹਨਾਂ ਨੇ ਉਠਾਏ ਨੇ ਜੀ ਸੋ ਜੇ ਉਹੋ ਹੀ ਕੰਮ ਕਰਨਾ ਹੈ ਤੇ ਫਿਰ ਉਹਦੇ ਨਾਲੋਂ ਬੋ ਆਉਂਦੀ ਵਾਲਾ ਇਹ ਬੰਦਾ ਚੰਗਾ ਤੇ ਉਹ ਮਾੜਾ ਕੀ ਹੈ ਜੇ ਮੁੱਦੇ ਉਠਾ ਰਿਹਾ ਪੰਜਾਬ ਦੇ ਬਿਲਕੁਲ ਖੈਰ ਉਹ ਪਤਾ ਨਹੀਂ ਉਹਨਾਂ ਦੀ ਸੀਟ ਬਦਲੀ ਹੋਈ ਕਿ ਨਹੀਂ ਹੋਈ ਪਰ ਲੋਕਾਂ ਨੇ ਫੈਸਲਾ ਲਿਆ ਤੇ ਜਨਾਬ ਹੋ ਰਿਹਾ ਅਜਕਲ ਲਭਦੇ ਨਹੀਂ ਖਾਲਸਾ ਜੀ ਕਿ ਕਿੱਥੇ ਨੇ ਵੀਰ ਜੀ ਪੀ ਡਿਵਾਈਡ ਕਰ ਗਏ ਸੀ ਸੀਟ ਬਦਲੀ ਹੋ ਗਈ ਫਿਰ ਉਹਨਾਂ ਦੀ ਜੀ ਸੀਟ ਬਦਲੀ ਹੋ ਗਈ ਹੈ ਜੀ ਉਹਨੇ ਤਾਜ਼ਾ ਘਟਨਾ ਹੈ ਜੀ ਔਰ ਇਹ ਚੰਗੀ ਗੱਲ ਇਸ ਦੇ ਵਿੱਚੋਂ ਨਿਕਲ ਕੇ ਆਈ ਹੈ ਕਿ ਇਸ ਤੇ ਮਿੱਟੀ ਜਿਹੜੀ ਆ ਉਹ ਖੁਦ ਉਸ ਵਿਅਕਤੀ ਨੇ ਪਾ ਦਿੱਤੀ ਜਿਹਦੇ ਨਾਲ ਜੋੜ ਕੇ ਗੱਲ ਕੀਤੀ ਜਾ ਰਹੀ ਸੀ ਅਸਲ ਵਿੱਚ ਚੰਡੀਗੜ੍ਹ ਹਵਾਈ ਅੱਡੇ ਦਾ ਜਦੋਂ ਨਾਮ ਬਦਲੀ ਕੀਤਾ ਗਿਆ ਤਾਂ ਜੋ ਸਮਾਗਮ ਹੋਇਆ ਨਿਰਮਲਾ ਸੀਤਾ ਰਮਨ ਵੀ ਆਏ ਔਰ ਹਰਿਆਣੇ ਦੇ ਵਡੇ ਅਹੁਦੇਦਾਰ ਦੋਵੇਂ ਰਾਜਪਾਲ ਦਸ਼ਜਤ ਛਟਾਲਾ ਤੇ ਕਿਰਨ ਖੇਰ ਜੋ ਐਮਪੀ ਨੇ ਚੰਡੀਗੜ੍ਹ ਤੋਂ ਉਹ ਬੈਠੇ ਹੋਏ ਨੇ ਉਹ ਗੱਲ ਕਰ ਰਹੇ ਨੇ ਭਗਵੰਤ ਮਾਨ ਦੇ ਨਾਲ ਗੱਲ ਸ਼ੁਰੂ ਕਰਨ ਲੱਗਿਆਂ ਪਹਿਲਾਂ ਉਹਨਾਂ ਨੇ ਮਾਸਕ ਨਹੀਂ ਪਾਇਆ ਹੁੰਦਾ ਜਦੋਂ ਸ਼ੁਰੂ ਕਰਦੇ ਨੇ ਤੇ ਫਿਰ ਮਾਸਕ ਪਾ ਲੈਂਦੇ ਨੇ ਤੇ ਇੰਟਰਨੈਟ ਤੇ ਬਹਾਵਾ ਰੌਲਾ ਪੈ ਗਿਆ ਤੁਹਾਨੂੰ ਪਤਾ ਹੈ ਕਿੱਡੀ ਵੱਡੀ ਦੁਨੀਆ ਤੇ ਕਿਸ ਨੇ ਕੀ ਆਖਣਾ ਕੋਈ ਕੰਟਰੋਲ ਹੈ ਹੀ ਨਹੀਂ ਕਹਿੰਦੇ ਜੀ ਇਹ ਕਿਰਨ ਖੇਰ ਨੂੰ ਸਮੈਲ ਆ ਗਈ दारू ਦੀ ਤੇ ਉਹਨਾਂ ਨੇ ਮਾਸਕ ਪਾ ਲਿਆ ਵੱਡੇ ਵੱਡੀਆਂ ਗੱਲਾਂ ਹੋਣ ਲੱਗ ਪਈਆਂ ਜੀ ਖੈਰ ਬਹੁਤ ਜਲਦੀ ਉਹਨਾਂ ਨੂੰ ਵਿਰਾਮ ਲੱਗ ਗਿਆ ਕਿਰਨ ਖੇਰ ਮੈਂਬਰ ਪਾਰਲੀਮੈਂਟ ਉਹਨਾਂ ਨੇ ਕਿਹਾ ਉਹਨਾਂ ਟਵੀਟ ਕੀਤਾ ਕਿ ਮਾੜੀ ਗੱਲ ਹੈ ਕਿ ਇਹਨਾਂ ਨੂੰ ਇਸ ਗੱਲਾਂ ਨਾਲ ਜੋੜ ਕੇ ਦੇਖ ਲਿਆ ਭਾਵੇਂ ਵਿਰੋਧੀ ਪਾਰਟੀ ਦੇ ਨੇ ਮੈਂ ਔਰ ਆਨਰੇਬਲ ਮਾਨਯੋਗ ਮੁੱਖ ਮੰਤਰੀ ਦਾ ਮੈਂ ਸਤਿਕਾਰ ਕਰਦੀ ਆ ਇਹੋ ਜੀ ਕੋਈ ਗੱਲ ਨਹੀਂ ਸੀ ਮੇਰੀ ਇਮਿਊਨਿਟੀ ਆਪਣੀ ਲੋ ਹੋਈ ਆ ਕੋਵਿਡ ਕਰਕੇ ਮੈਂ ਇਸ ਕਰਕੇ ਮਾਸਕ ਪਾ ਲਿਆ ਸੀ ਬਿਲਕੁਲ ਸੋ ਗੱਲ ਇਹ ਆ ਉਹਨਾਂ ਨੇ ਤੇ ਰੋਕ ਦਿੱਤਾ ਜੀ ਤੇ ਆ ਦੋ ਹਫ਼ਤੇ ਪਹਿਲਾਂ ਡੇਢ ਹਫ਼ਤਾ ਪਹਿਲਾਂ ਇੱਕ ਖਬਰ ਆਈ ਸੀ ਕਿ ਜਰਮਨੀ ਦੇ ਵਿੱਚੋਂ ਜੀ ਭਗਵੰਤ ਮਾਨ ਨੂੰ ਜਹਾਜ਼ ਦੇ ਵਿੱਚ ਬੈਠਣ ਲੱਗਿਆ ਰੋਕ ਦਿੱਤਾ ਗਿਆ ਬਿਲਕੁਲ ਬੈਠਣ ਲੱਗਿਆ ਰੋਕ ਦਿੱਤਾ ਗਿਆ ਕਿਹੜਾ ਲੀਡਰ ਪੰਜਾਬ ਦੀ ਵਿਰੋਧੀ ਪਾਰਟੀ ਦਾ ਜਿਹੜਾ ਨਹੀਂ ਬੋਲਿਆ ਬਿਲਕੁਲ ਇੱਥੋਂ ਤੱਕ ਕੇ ਸਿਵਲ ਐਵੀਏਸ਼ਨ ਕੇਂਦਰੀ ਮੰਤਰੀ ਵੀ ਕਹਿੰਦੇ ਜਾਂਚ ਕਰਾਂਗੇ ਇਸ ਗੱਲ ਦੀ ਬਿਲਕੁਲ ਉਹ ਜਾਂਚ ਕਿੱਥੇ ਪਹੁੰਚੀ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਪਰ ਜਿਹੜੇ ਪੰਜਾਬ ਦੇ ਆਗੂ ਬੋਲਦੇ ਸੀ ਉਹਨਾਂ ਦੇ ਖਿਲਾਫ ਉਹ ਵੀ ਨਹੀਂ ਦੁਬਾਰਾ ਬੋਲੇ ਨੱਕ ਵੱਡ ਦਿੰਦਾ ਪੰਜਾਬੀਆਂ ਦਾ ਪੰਜਾਬੀਆਂ ਦੀ ਬੇਇੱਜ਼ਤੀ ਕਰਾ ਕੇ ਰੱਖ ਦਿੰਦੀ ਇੱਕ ਵਾਰ ਫੇਰ ਥੱਲਾ ਲਾ ਦਿੰਦਾ ਆਹ ਹੋ ਗਿਆ ਉਹ ਹੋ ਗਿਆ ਜੀ ਸਾਰੇ ਹੀ ਵਿਰੋਧੀ ਧਿਰ ਤੇ ਆਗੂ ਬੋਲੇ ਨੇ ਤੇ ਸਾਡੇ ਸੁਖਵੀਰ ਸਿੰਘ ਬਾਦਲ ਪ੍ਰੈਸ ਕਾਨਫਰੈਂਸ ਕੀਤੀ ਆ ਜੀ ਪ੍ਰੈਸ ਕਾਨਫਰੈਂਸ ਕੀਤੀ ਬਿਲਕੁਲ ਬਿਲਕੁਲ ਕਹਿੰਦੇ ਮੇਰੀ 에ਅਰ ਹੋਸਟੈਸ ਨਾਲ ਗੱਲ ਹੋਈ ਹੈ ਜੀ ਤੇ ਮੇਰੀ ਉੱਥੇ ਜਿਹੜੇ ਉਹਦੇ ਨਾਲ ਜਿਹੜੇ ਉੱਥੇ ਪੈਸੇਂਜਰ ਸੀ ਉਹ ਬਿਜ਼ਨਸਮੈਨ ਸੀ ਇੱਕ ਹੋਟਲ ਦੇ ਹੋਟਲਾਂ ਦੀ ਚੇਨ ਦੇ ਮਾਲਕ ਨੇ ਜੀ ਹੁਣੇ ਆ ਹੋਟਲਾਂ ਦੀ ਚੇਨ ਦੇ ਮਾਲਕੇ ਗੱਲ ਸੱਚੀ ਹੈ ਇਹ ਗੱਲ ਸਹੀ ਹੈ ਇਹਨਾਂ ਦੀ ਹੋਟਲਾਂ ਦੀ ਚੇਨਾਂ ਵਾਲੇ ਮਾਲਕ ਇਹਨਾਂ ਦੇ ਬਹੁਤ ਜਾਣਕਰ ਨੇ ਜੀ ਇਹ ਹੋਟਲਾਂ ਦਾ ਕਾਰੋਬਾਰ ਆਪਣਾ ਹੀ ਹੋਗਾ ਬਿਲਕੁਲ ਸੋ ਉਹ ਉਹ ਕਹਿੰਦੇ ਜੀ ਮੈਂ ਉਹਨਾਂ ਦੇ ਸਬੂਤ ਦੇ ਸਕਦਾ ਆ ਹੋ ਸਕਦਾ ਹੋ ਸਕਦਾ ਮੈਂ ਇਹ ਗੱਲ ਕਰਦਾ ਜਿਹੜੇ ਹੋਟਲਾਂ ਦੀ ਚੇਨ ਦੇ ਮਾਲਕ ਨੇ ਜਨਾਬ ਹੋਣੀ ਜਿਨ੍ਹਾਂ ਨੇ ਸੁਖਵੀਰ ਬਾਦਲ ਦੇ ਕੰਨ 'ਚ ਗੱਲ ਦੱਸ ਦਿੱਤੀ ਹੈ ਤੇ 에어 호ਸਟਸ ਨੇ ਕੰਨ 'ਚ ਗੱਲ ਦੱਸ ਦਿੱਤੀ ਹੈ ਉਹਨਾਂ ਕੋਲ ਕਿਸੇ ਕੋਲ ਫੋਨ ਨਹੀਂ ਸੀ ਜਿਨ੍ਹਾਂ ਨੇ ਵੀਡੀਓ ਬਣਾਈ ਭਗਵੰਤ ਮਾਨ ਦੀ ਜੀ ਤੇ ਗੱਲ ਕਿੱਥੋਂ ਨਿਕਲ ਕੇ ਆਉਂਦੀ ਹੈ 1 ਮਿੰਟ ਲਈ ਮਨ ਵੀ ਲਿਆ ਜਾਵੇ ਲੇਕਿਨ ਅੰਤਰਰਾਸ਼ਟਰੀ ਕਾਨੂੰਨ ਜਿਹੜੇ ਨੇ ਕਿ ਇਸ ਲੈਵਲ ਦਾ ਕੋਈ ਸ਼ਰਾਬੀ ਜਿਹੜਾ ਬੰਦਾ 에ਅਰਪੋਰਟ ਤੇ ਪਹੁੰਚਦਾ ਉਸਨੂੰ ਬੋਰਡਿੰਗ ਤੋਂ ਮਨਾ ਕੀਤਾ ਜਾ ਸਕਦਾ ਹੈ ਗੱਲ ਹੈਗੀ ਆ ਪਰ ਇਹਨਾਂ ਰੌਲਾ ਰੱਪਾ ਨਹੀਂ ਪਾਇਆ ਪੈਂਦਾ ਕਿਤੇ ਵੀ ਪ੍ਰਾਈਵੇਸੀ ਵੀ ਰੱਖੀ ਜਾਂਦੀ ਹੈ ਖੈਰ ਮੈਂ ਇਹ ਗੱਲ ਇੱਥੇ ਮਕਾਉਣੀ ਚਾਹੁੰਦਾ ਕਿ ਇਹ ਜਿਹੜੀਆਂ ਗੱਲਾਂ ਨੇ ਟਰੋਲ ਕੀਤੇ ਜਾਂਦੀਆਂ ਜਾਂ ਹੋਰ ਇਹਨਾਂ ਨੂੰ ਅਜੇ ਬ੍ਰਾਮ ਲਾਓ ਤੇ ਆਪ ਭਰੋਸੇ ਦਾ ਮਤ ਜਿਹੜਾ ਸਰਕਾਰ ਨੇ ਹਾਸਲ ਕਰਦਾ ਸੀ ਉਹ ਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਆਪਰੇਸ਼ਨ ਉਹ ਜਿਹੜਾ ਕਮਲਮ ਹੋ ਰਿਹਾ ਉਹ ਚੱਲ ਰਿਹਾ ਤੇ ਸਾਡੇ ਵਿਧਾਇਕ ਪਟਣ ਦੀ ਕੋਸ਼ਿਸ਼ ਹੋ ਰਹੀ ਹੈ ਜਿਵੇਂ ਉਹਨਾਂ ਦੇ ਆਪਣੇ ਵਿਧਾਇਕਾਂ ਤੋਂ ਵੱਧ ਉਹਨਾਂ ਨੂੰ ਵੋਟਾਂ ਮਿਲ ਗਈਆਂ ਨੇ ਭਰੋਸੇ ਦੇ ਮੱਦੇ ਵਿੱਚ ਜੀ ਮਿੰਤਾ ਲੱਗਦਾ ਉਲਟਾ ਆਪਰੇਸ਼ਨ ਪੰਜਾਬ ਵਿੱਚ ਚੱਲਣ ਵਾਲਾ ਦਿਨ ਕਿਹੜਾ ਨਹੀਂ ਜਿਸ ਦਿਨ ਦੂਸਰੀਆਂ ਤੀਸਰੀਆਂ ਪਾਰਟੀਆਂ ਦੇ ਕਾਉਂਸਲਰ ਮੇਅਰ ਕੋਈ ਸਰਪੰਚ ਉਹ ਜਿਹੜੇ ਹੋਰ ਅਹੁਦੇਦਾਰ ਜਿਹੜੇ ਨੇ ਉਹ ਛੱਡ ਕੇ ਦੂਸਰੀਆਂ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਨੇ ਮੈਂ ਕੋਈ ਇੱਥੇ ਸਪੋਕਸਮੈਨ ਬਣ ਕੇ ਨਹੀਂ ਗੱਲ ਕਰ ਰਿਹਾ ਬਿਲਕੁਲ ਪਰ ਸਾਡਾ ਇੱਕ ਸਿਸਟਮ ਜਾਂ ਬਣ ਚੁੱਕਾ ਕਿ ਚੜ੍ਹਦੇ ਸੂਰਜ ਨੂੰ ਇੱਥੇ ਸਲਾਮਾ ਹੁੰਦੀਆਂ ਹਨ ਹ ਜਿਹੜੇ ਆਮ ਦੇ ਆਮ ਪਾਰਟੀ ਦੇ ਐਮਐਲਏ ਵੀ ਬਣੇ ਸੀ ਛੜ ਛੜ ਕੇ ਕੋਈ ਕਾਂਗਰਸ ਵਿੱਚ ਕੋਈ ਕਾਲੀ ਦਲ ਵਿੱਚ ਕੋਈ ਭਾਰਤੀ ਜਨਤਾ ਪਾਰਟੀ ਵਿੱਚ ਹਰਿੰਦਰ ਸਿੰਘ ਖਾਲਸਾ ਵੀ ਇਸੇ ਤਰ੍ਹਾਂ ਭਾਜਪਾ ਵਿੱਚ ਪਹੁੰਚ ਗਏ ਸੀ ਆਮ ਆਦਮੀ ਦੀ ਪਾਰਟੀ ਦੀ ਸੀਟ ਤੋਂ ਜਿੱਤੇ ਹੋਏ ਤੇ ਹੋਰ ਵੀ ਕਈ ਇਹੋ ਜਿਹੇ ਸਨ ਲੋਕ ਸਭਾ ਮੈਂਬਰ ਗੱਲ ਇਹ ਹੈ ਕਿ ਗੱਲ ਉਨੀ ਕਰਨੀ ਚਾਹੀਦੀ ਜਿੰਨੀ ਜਾਇਜ਼ ਹੋਵੇ ਮੈਂ ਨਹੀਂ ਕਹਿੰਦਾ ਭਗਵੰਤ ਮਾਨ ਦੀ ਕੋਈ ਸ਼ਰਾਬ ਦੀ ਸਮੱਸਿਆ ਦੇ ਬਾਰੇ ਕੋਈ ਸਬੂਤ ਇਸ ਤਰ੍ਹਾਂ ਦਾ ਮੇਰੇ ਕੋਲ ਹੈ ਕਿ ਹੁਣ ਉਹ ਨਹੀਂ ਹੈ ਬਿਲਕੁਲ ਪਰ ਕੰਮ ਕਾਜ ਦੇਖਣੇ ਚਾਹੀਦੇ ਨੇ ਘਟੋ ਘਟ ਇਹੋ ਜਿਹੇ ਗੱਲਾਂ ਤੋਂ ਸਾਨੂੰ ਪਰੇਜ਼ ਕਰਨਾ ਚਾਹੀਦਾ ਹੈ ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਹਨ ਜੇ ਇਸ ਸਰਕਾਰ ਦੀ ਹੀ ਗੱਲ ਕਰੀਏ ਤੇ ਬਹੁਤ ਗਲਤੀਆਂ ਉਹ ਕਰ ਰਹੇ ਨੇ ਬਹੁਤ ਸਾਰੇ ਅਜਿਹੇ ਕੰਮ ਨੇ ਜਿਹੜੇ ਉਹ ਕਰ ਸਕਦੇ ਨੇ ਤੇ ਉਹ ਨਹੀਂ ਕਰ ਰਹੇ ਪਰ ਗੱਲ ਇਹ ਆ ਕਿ ਸਿਰਫ ਔਰ ਸਿਰਫ ਇੱਕ ਨਿੱਜੀ ਗੱਲ ਨੂੰ ਲੈ ਕੇ ਤੁਸੀਂ ਰੌਲਾ ਰੱਪਾ ਪਾ ਦਿੰਨੇ ਹੋ ਫਿਰ ਚਾਰ ਦਿਨਾਂ ਬਾਅਦ ਗੱਲ ਜਿਹੜੀ ਉਹ ਗੱਬੇ ਰਹਿ ਜਾਂਦੀ ਆ ਤੇ ਕੁਝ ਬਣਦਾ ਸਰਦਾ ਨਹੀਂ ਅੱਜਕੱਲ੍ਹ ਹੀਰ ਸਾਹਿਬ ਆਮ ਤੌਰ ਤੇ ਇਹ ਇੱਕ ਚੁਟਕਲਾ ਜਿਹਾ ਸੁਣਾਇਆ ਜਾਂਦਾ ਕਿ ਛੱਡਣਾ ਤਾਂ ਸੀ ਝੂਠ ਤੇ ਬੇਈਮਾਨੀ ਤੇ ਕੁਝ ਲੋਕ ਖਰਾਬ ਜਾਂ ਮਾਸ ਦਾ ਸੇਵਨ ਛੱਡ ਕੇ ਹੀ ਆਪਣੇ ਆਪ ਨੂੰ ਚੰਗਾ ਦੱਸਦੇ ਨੇ ਮੈਂ ਫਿਰ ਇੱਕ ਵਾਰੀ ਤੁਹਾਡੀ ਗੱਲ ਵੀ ਠੀਕ ਹੈ ਕਿ ਅਸੀਂ ਇਸ ਗੱਲ ਦੇ ਹਮ ਹੀ ਨਹੀਂ ਭਰਦੇ ਕਿ ਸ਼ਰਾਬ ਪੀਣਾ ਜਾਇਜ਼ ਹੈ ਪਰ ਸਿਰਫ ਇਸੇ ਗੱਲ ਨੂੰ ਲੈ ਕੇ ਕਿਸੇ ਗੱਲ ਨੂੰ ਖਿੱਚੀ ਜਾਣਾ ਉਹ ਬਿਲਕੁਲ ਜਾਇਜ਼ ਨਹੀਂ ਫਿਰ ਸਭ ਅਗਲੀ ਗੱਲ ਕਰੀਏ ਤੇ ਜਦੋਂ ਵਿਧਾਨ ਸਭਾ ਦੇ ਵਿੱਚ ਰਾਮ ਰੋਲਾ ਪਿਆ ਹੋਇਆ ਸੀ ਭਰੋਸੇ ਦੇ ਮਤ ਨੂੰ ਲੈ ਕੇ ਜਾਂ ਬੇਭਰੋਸਗੀ ਦਾ ਮਤ ਤਾਂ ਨਹੀਂ ਸੀ ਭਰੋਸੇ ਦਾ ਮਤ ਹੀ ਹਾਸਲ ਕਰਨਾ ਸੀ ਬੇਭਰੋਸੇ ਦਾ ਤਦ ਹੋਣਾ ਸੀ ਜੇ ਵਿਰੋਧੀ ਧਿਰ ਨੇ ਲਿਆਂਦਾ ਹੁੰਦਾ ਮਤਾ ਉੱਥੇ ਕੁਝ ਸਵਾਲ ਰੱਖੇ ਗਏ ਉਹਨਾਂ ਦੇ ਵਿੱਚੋਂ ਇੱਕ ਅਹਿਮ ਸਵਾਲ ਸੀ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਆਵਾਰਾ ਜਿਹੜੇ ਕੁੱਤੇ ਨੇ ਉਹਨਾਂ ਦੀ ਸਮੱਸਿਆ ਨੂੰ ਲੈ ਕੇ ਉਹ ਹਾਲਾਂਕਿ ਬਹੁਤ ਲੋਕਾਂ ਨੇ ਸੁਣਿਆ ਹੋਣਾ ਬਹੁਤ ਲੋਕਾਂ ਨੇ ਨਹੀਂ ਸੁਣਿਆ ਹੋਣਾ ਪਰ ਬਹੁਤ ਗੰਭੀਰ ਮਸਲਾ ਸੀ ਜਦੋਂ ਅਸੀਂ ਉਹ ਸੁਣਿਆ ਇਸੇ ਕਰਕੇ ਤੁਸੀਂ ਉਹਨੂੰ ਅੱਜ ਚਰਚਾ ਦੇ ਵਿੱਚ ਵੀ ਸ਼ਾਮਲ ਕੀਤਾ ਕੀ ਹੈ ਜੀ ਆਵਾਰਾ ਕੁੱਤਿਆਂ ਦੀ ਸਮੱਸਿਆ ਤੇ ਕੀ ਤੁਸੀਂ ਇਹਦੇ ਬਾਰੇ ਕਹਿਣਾ ਚਾਹੁੰਦੇ ਹੋ ਅਮਰਜੀਤ ਜੀ ਜਿਵੇਂ ਤੁਸੀਂ ਦੱਸਿਆ ਕਿ ਵਿਧਾਨ ਸਭਾ ਦੇ ਵਿੱਚ ਮੁੱਦਾ ਲਿਆਂਦਾ ਗਿਆ ਸੀ ਅਕਾਲੀ ਦਲ ਦੇ ਵਿਧਾਇਕ ਜੀ ਬਿਲਕੁਲ ਡਾਕਟਰ ਸੁਖੀ ਡਾਕਟਰ ਸੁਖਵਿੰਦਰ ਸੁਖੀ ਨੇ ਇਹ ਮਤਾ ਪੇਸ਼ ਕੀਤਾ ਜੀ ਕਿ ਅਵਾਰਾ ਕੁੱਤਿਆਂ ਨੂੰ ਕਿਸੇ ਤਰੀਕੇ ਨਤ ਪਾਈ ਜਾਵੇ ਜੀ ਪਹਿਲੀ ਤਾਂ ਗੱਲ ਇਹ ਆ ਕਿ ਵਿਅਕਤੀਗਤ ਤੌਰ ਤੇ ਸੁਖਵਿੰਦਰ ਸੁਖੀ ਉਹਨਾਂ ਨੂੰ ਵਧਾਈ ਮੈਂ ਦਿੰਦਾ ਬਿਲਕੁਲ ਜਿੱਥੇ ਸਾਡੇ ਕੁਝ ਬਹੁਤ ਸਿਆਣੇ ਬਿਆਣੇ ਆਗੂਆਂ ਨੇ ਵਿਰੋਧੀ ਧਿਰਦਿਆਂ ਨੇ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਸਿਰਫ ਕੋਈ ਪੰਜਾਬ ਦਾ ਸਹੀ ਮੁੱਦਾ ਨਾ ਉਠਾ ਕੇ ਕੁਝ ਇੱਕ ਨਗੂਣੀਆਂ ਗੱਲਾਂ ਤੇ ਸਮਾਂ ਖਰਾਬ ਕੀਤਾ ਸਦਨ ਦਾ ਮੈਂ ਇਸ ਗੱਲ ਤੇ ਇਹਨਾਂ ਨੂੰ ਸ਼ਾਬਾਸ਼ ਦਿੰਦਾ ਕਿ ਇਹਨਾਂ ਨੇ ਬਹੁਤ ਚੰਗਾ ਕੀਤਾ ਘਟੋ ਘਟ ਕੋਈ ਤੇ ਗੱਲ ਕੀਤੀ ਨਾ ਬਿਲਕੁਲ ਔਰ ਓਵਰਆਲ ਅਕਾਲੀ ਦਲ ਦਾ ਮਨਪ੍ਰੀਤ ਜਾਲੀ ਵੀ ਤੇ ਸੁਖੀ ਵੀ ਭਾਵੇਂ ਦੋ ਹੀ ਵਿਧਾਇਕ ਹੋਣ ਇਸ ਗੱਲ ਤੋਂ ਸਾਬਤ ਹੁੰਦਾ ਜੇ ਤੁਸੀਂ ਆਪਣੀ ਹਾਜ਼ਰੀ ਲਵਾਉਣੀ ਹੋਵੇ ਤੇ ਲੱਗ ਜਾਂਦੀ ਹੈ ਭਗਵੰਤ ਮਾਨ ਇਕੱਲੇ ਲਾਉਂਦੇ ਰਹੇ ਨੇ ਲੋਕ ਸਭਾ ਦੇ ਵਿੱਚ ਸਾਰਿਆਂ ਨੂੰ ਪਤਾ ਐ ਇਸ ਗੱਲ ਦਾ ਬਿਲਕੁਲ ਠੀਕ ਹੁਣੇ ਮੁੱਦਾ ਕਿੱਡਾ ਗਿਆ ਜੀ ਜੇ ਤੇ ਅੰਕੜਿਆਂ ਦੀ ਗੱਲ ਕਰੀਏ ਜਿਹੜੇ ਡਾਕਟਰ ਸੁਖੀ ਨੇ ਪੇਸ਼ ਕੀਤੇ ਨੇ ਵਿਧਾਨ ਸਭਾ 'ਚ ਜੀ ਉਹ ਕਹਿੰਦੇ ਅਤਵਾਦੀਆਂ ਦੇ ਹਮਲਿਆਂ ਨਾਲੋਂ ਵੱਧ ਲੋਕ ਜਿਹੜੇ ਨੇ ਉਹ ਕੁੱਤੇ ਖਾ ਜਾਂਦੇ ਨੇ ਕੁੱਤਿਆਂ ਦੇ ਵੱਢਣ ਨਾਲ ਉਹਨਾਂ ਦੀ ਮੌਤ ਹੁੰਦੀ ਹੈ ਭਾਰਤ ਦੇ ਵਿੱਚ ਹਰ ਸਾਲ ਬਿਲਕੁਲ ਕਈਆਂ ਨੂੰ ਰੇਬੀਜ਼ ਹੋ ਜਾਂਦੀ ਹੈ ਕਈਆਂ ਨੂੰ ਨੋਚ-ਨੋਚ ਕੇ ਖਾ ਜਾਂਦੇ ਨੇ ਬੱਚੇ ਖਾਦੇ ਨੇ ਬਜ਼ੁਰਗਾਂ ਨੂੰ ਖਾਦਾ ਕੁੱਤਿਆਂ ਨੇ ਜਿਹੜੇ ਪਾਲਤੂ ਪਸ਼ੂ ਨੇ ਉਹਨਾਂ ਨੂੰ ਖਾ ਜਾਂਦੇ ਨੇ ਜੀ ਸਕੂਲ ਜਾਂਦੇ ਬੱਚਿਆਂ ਨੂੰ ਮੁਸ਼ਕਲ ਆਉਂਦੀ ਸੈਰ ਕਰਦੇ ਆ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਉਹ ਵਾਰਾ ਕੁੱਤਿਆਂ ਦੀ ਸਮੱਸਿਆ ਇੰਨੀ ਵੱਡੀ ਹੈ ਕਿਉਂ ਹੈ 60000 ਮੌਤਾਂ ਇੱਕ ਸਾਲ ਦੇ ਵਿੱਚ ਭਾਰਤ ਵਿੱਚ ਕਿਦੇ ਹੋਈਆਂ ਨੇ ਉਹ ਵਾਰਾ ਕੁੱਤਿਆਂ ਦੇ ਜ਼ਰੀਏ ਜੀ ਕੁੱਤੇ ਪਾਲਣ ਦਾ ਸ਼ੌਕ ਵੀ ਬਹੁਤ ਵਧੀਆ ਹੈ ਸਾਰੀ ਦੁਨੀਆ ਦੇ ਵਿੱਚ ਵਧੀਆ ਹੈ ਸ਼ਾਇਦ ਇਨਸਾਨ ਦਾ ਇਨਸਾਨ ਨਾਲ ਪਿਆਰ ਨਹੀਂ ਰਿਹਾ ਤੇ ਇਹ ਵਫਾਦਾਰ ਜਾਨਵਰ ਹੈ ਸਹੀ ਤਰੀਕੇ ਨਾਲ ਇਸ ਦੀ ਗਾਈਡੈਂਸ ਕੀਤੀ ਜਾਵੇ ਤੇ ਬਹੁਤ ਵਧੀਆ ਇਨਸਾਨ ਦਾ ਸਾਥੀ ਬਣਦਾ ਹੈ ਜੀ ਕੋਈ ਗੱਲ ਨਹੀਂ ਇਹਦੇ ਵਿੱਚ ਪਰ ਗੱਲ ਇਹ ਹੈ ਕਿ ਇਹ ਹੋਇਆ ਸਾਰਾ ਕਿਵੇਂ ਕਿ ਜਦੋਂ ਇੱਕ ਸਿਸਟਮ ਚੱਲਦਾ ਹੁੰਦਾ ਸੀ ਸਾਰਿਆਂ ਨੂੰ ਪਤਾ ਹੈ ਉਹ ਰਿਪੀਟ ਕਰਨ ਦੀ ਲੋੜ ਨਹੀਂ ਕਿ ਮੈਨਕਾ ਗਾਂਧੀ ਨੇ ਇੱਕ ਮੁਹਿੰਮ ਜੀ ਚਲਾਈ ਜਿਸ ਦੇ ਤਹਿਤ ਇਹ ਇਹਨਾਂ ਦੀ ਜਿਹੜਾ ਕੁੱਤਿਆਂ ਨੂੰ ਵਾਰਾ ਕੁੱਤਿਆਂ ਨੂੰ ਮਾਰਨ ਦਾ ਜਿਹੜਾ ਕੰਮ ਸੀ ਉਹ ਬੰਦ ਹੋ ਗਿਆ ਜੀ ਅਸੀਂ ਇੱਥੇ ਮਾਰਨ ਦੀ ਵਕਾਲਤ ਨਹੀਂ ਕਰ ਰਹੇ ਪਰ ਕੋਈ ਸਿਸਟਮ ਤੇ ਹੋਣਾ ਚਾਹੀਦਾ ਜਿਨ੍ਹਾਂ ਦੇਸ਼ਾਂ ਦੇ ਵਿੱਚ ਇਹ ਕੰਮ ਨਹੀਂ ਕੀਤਾ ਜਾਂਦਾ ਉੱਥੇ ਕਿਵੇਂ ਆ ਪਰ ਸਾਡੇ ਤੇ ਸਭ ਕੁਝ ਖੁੱਲਾ ਛੱਡਿਆ ਹੋਇਆ 60000 ਮੌਤ ਦੇਸ਼ ਵਿੱਚ ਹੋਣੀ ਬਹੁਤ ਵੱਡੀ ਗੱਲ ਹੈ ਜੀ ਪਰ ਮੌਤਾਂ ਦੀ ਅਹਿਮੀਅਤ ਇੱਥੇ ਕਿੰਨੀ ਹੁੰਦੀ ਹੈ ਅਸੀਂ ਕੋਈ ਵੀ ਕੰਮ ਜਿਹੜਾ ਆ ਉਹ ਪ੍ਰੀਪਲਾਨ ਕਰਕੇ ਨਹੀਂ ਕਰਦੇ ਹਰ ਕੰਮ ਅਸੀਂ ਬਾਅਦ ਵਿੱਚ ਜਦੋਂ ਸਮੱਸਿਆ ਪੈ ਜਾਂਦੀ ਤੇ ਫਿਰ ਅਸੀਂ ਹੱਲ ਕਰਨ ਵੱਲ ਦੌੜਦੇ ਹਾਂ ਹੁਣ ਗੱਲ ਇਹ ਆ ਕਿ ਮੈਂਕਾ ગાંધી ਨੇ ਮਹਿਮ ਚਲਾ ਦਿੱਤੀ ਉਸ ਤੋਂ ਬਾਅਦ ਮਾਰਨ ਦਾ ਕੰਮ ਬੰਦ ਹੋ ਗਿਆ ਫਿਰ ਅਗਲਾ ਕੰਮ ਨਸਬੰਦੀ ਦਾ ਸੀ ਜੀ ਉਹ ਕਹਿੰਦੇ ਸਰਕਾਰੀ ਧਿਰ ਨੇ ਵਿਧਾਨ ਸਭਾ ਜਵਾਬ ਦਤਾ ਕਿਉਂ ਕੰਮ ਔਖਾ ਬਹੁਤ ਹੈ ਮੰਤਰੀ ਸਾਹਿਬ ਕਹਿੰਦੇ ਮੇਰੇ ਫੁੱਫੜ ਨੂੰ ਵੀ ਕੁੱਤੇ ਨੇ ਖਾ ਲਿਆ ਸੀ ਉਹਨਾਂ ਦੀ ਮੌਤ ਵੀ ਇਸੇ ਤਰ੍ਹਾਂ ਹੋਈ ਹੈ ਜੀ ਇਹ ਜਿਹੜੇ ਨਸਬੰਦੀ ਦਾ ਕੰਮ ਹੈ ਉਹਨਾਂ ਨੂੰ ਫੜਨਾ ਪੈਂਦਾ ਹੈ ਬਹੁਤ ਬੰਦਸ਼ਾਂ ਨੇ ਫਿਰ ਨਸਬੰਦੀ ਉਹਨਾਂ ਦੇ ਕਰਕੇ ਉੱਥੇ ਹੀ ਛੱਡਣਾ ਪੈਂਦਾ ਜਿੱਥੇ ਉਹਨਾਂ ਨੂੰ ਫੜਿਆ ਹੋਵੇ ਬਿਲਕੁਲ ਇਸ ਤਰ੍ਹਾਂ ਦੇ ਨਿਯਮ ਬਣੇ ਹੋਏ ਨੇ ਪਰ ਇਹ ਗੱਲ ਕਹਿ ਕੇ ਕਿ ਸਖਤੀ ਬਹੁਤ ਹੈ ਸਖਤੀ ਬਹੁਤ ਹੈ ਕੰਮ ਤੇ ਨਹੀਂ ਬੰਦ ਹੋ ਜਾਣਾ ਚਾਹੀਦਾ ਕੰਮ ਕਰਨ ਦੇ ਤਰੀਕੇ ਤਾਂ ਹੋਣੇ ਚਾਹੀਦੇ ਨੇ ਨਾ ਸਾਰੀ ਦੁਨੀਆ ਵਿੱਚ ਹੁੰਦੇ ਨੇ ਹੁਣ ਇਹ ਜੇ ਇੰਨੀ ਵੱਡੀ ਸਮੱਸਿਆ ਹੈ ਤਾਂ ਫਿਰ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰ ਪੰਜਾਬ ਸਰਕਾਰ ਨੇ ਹਾਲ ਦੀ ਘੜੀ ਕਿਹਾ ਕਿ ਸਾਡੀ ਪ੍ਰਾਇੋਰਟੀ ਲਿਸਟ ਦੇ ਇਹ ਮੁੱਦਾ ਹੈ ਤਿੰਨ ਚਾਰ ਹੋਰ ਵੀ ਮੁੱਦੇ ਨੇ ਜਿਨ੍ਹਾਂ ਦੇ ਤਹਿਤ ਅਸੀਂ ਚਾਰ ਡਿਪਾਰਟਮੈਂਟਾਂ ਨਾਲ ਗੱਲ ਕਰ ਰਹੇ ਹਾਂ ਐਨੀਮਲ ਹਸਬੈਂਟਰੀ ਵੀ ਹੈ ਸਾਡਾ ਮੰਤਰਾਲਾ ਵੀ ਹੈ ਲੋਕਲ ਪੰਚਾਇਤਾਂ ਵੀ ਨੇ ਜੀ ਉਹਨਾਂ ਵਿੱਚ ਸ਼ਾਮਲ ਜਿਨ੍ਹਾਂ ਨਾਲ ਰਲ ਕੇ ਅਸੀਂ ਕੋਈ ਕੰਮ ਕਰਨ ਕਰਾਂਗੇ ਉਹ ਜਿਹੜਾ ਜਿਸ ਨਾਲ ਵਾਰਾ ਕੁੱਤਿਆਂ ਦੀ ਸਮੱਸਿਆ ਤੇ ਕਾਬੂ ਪਾਇਆ ਜਾ ਸਕੇ ਕਿਹੜੀ ਜਗ੍ਹਾ ਨਹੀਂ ਹੈ ਇੱਥੇ ਤੇ ਕ੍ਰਿਕਟ ਦਾ ਮੈਚ ਚੱਲਦਾ ਹੋਵੇ ਬਹੁਤ ਵੱਡੇ ਸਟੇਡੀਅਮ ਵਿੱਚ ਵਾਰਾ ਕੁੱਤੇ ਆ ਜਾਂਦੇ ਨੇ ਉੱਥੇ ਬਿਲਕੁਲ ਇਸ ਸਮੱਸਿਆ ਕੋਈ ਸਰਕਾਰੀ ਸਮਾਗਮ ਚੱਲਦਾ ਹੋਵੇ ਉੱਥੇ ਆ ਜਾਂਦੇ ਨੇ ਕੋਈ ਪਰੇਡ ਚਲਦੀ ਹੋਵੇ ਕੁਛ ਵੀ ਕਿਉਂਕਿ ਅਵਾਰਾ ਜਾਨਵਰ ਹੈ ਉਹਨੂੰ ਕੀ ਸਮਝ ਆ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਪਰ ਸਾਨੂੰ ਤਾਂ ਸਮਝ ਹੋਣੀ ਚਾਹੀਦੀ ਨਾ ਚਲੋ ਕੁੱਤਿਆਂ ਦੀ ਗੱਲ ਨੂੰ ਮੜਾ ਜਾ ਸਾਈਡ ਤੇ ਕਰਦੇ ਹਾਂ ਜੀ ਜਿਹੜੇ ਅਵਾਰਾ ਸਾਨ ਅਵਾਰਾ ਗਾਵਾਂ ਤੇ ਹੋਰ ਅਵਾਰਾ ਪਸ਼ੂ ਫਿਰਦੇ ਨੇ ਉਹਨਾਂ ਨੇ ਕਿੰਨਾ ਕੁ ਨੁਕਸਾਨ ਕੀਤਾ ਬਿਲਕੁਲ ਕਿੰਨੀ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ ਕਿੰਨੀਆਂ ਕਿ ਜਿਨ੍ਹਾਂ ਵਿੱਚ ਉਹ ਆਰਾਮ ਨਾਲ ਖੜਾ ਹੋਇਆ ਬਜ਼ੁਰਗ ਆਉਂਦਾ ਹੈ ਕੋਈ ਅਵਾਰਾ ਸਾਨ ਤੇ ਚੁੱਕ ਕੇ ਸਿੰਗਾ ਤੇ ਉਸਨੂੰ ਉਲਾਰ ਕੇ ਮਾਰਦਾ ਹੈ ਕਿਸੇ ਸਕੂਟਰੀ ਜਾਂਦੇ ਬੰਦੇ ਨੂੰ ਟੱਕਰ ਮਾਰਦੇ ਨੇ ਕਾਰਾਂ ਦੇ ਐਕਸੀਡੈਂਟ ਹੋ ਰਹੇ ਨੇ ਟਰੈਨਰਾਂ ਦੇ ਵਿੱਚ ਬਚ ਰਹੇ ਨੇ ਕੀ ਨਹੀਂ ਹੋ ਰਿਹਾ ਕਿਉਂ ਨਹੀਂ ਨੱਥ ਪਾਈ ਜਾ ਰਹੀ ਕੁੱਤਿਆਂ ਨੂੰ ਨਾਲੋਂ ਜਾਨਵਰਾਂ ਇਹਨਾਂ ਨੂੰ ਤਾਂ ਕਾਬੂ ਕਰਨਾ ਬਹੁਤ ਸੌਖਾ ਹੈ ਹੀਰ ਸਾਹਿਬ ਪਰ ਜੇ ਕੋਈ ਵਿਲ ਕੀ ਜੀ ਜੀ ਇਸ ਰੋ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਆਂ ਖੇਤੀ ਨਾਲ ਸਿੱਧੇ ਅਸੀਂ ਜੁੜੇ ਹੋਏ ਆਂ ਆਮ ਤੌਰ ਤੇ ਜਿਹੜੇ ਛੋਟੇ ਕਿਸਾਨ ਨੇ ਜਾਂ ਵੱਡੇ ਕਿਸਾਨ ਨੇ ਅੱਜ ਕੱਲ ਮੱਕੀ ਦੀ ਫਸਲ ਜਿਹੜੀ ਆ ਉਹ ਲਗਾਈ ਵੀ ਜਾ ਰਹੀ ਹੈ ਤੇ ਵੱਡੀ ਵੀ ਹੋਈ ਆ ਹਰ ਕਿਸਾਨ ਨੂੰ ਆਪਣੇ ਖੇਤ ਨੂੰ ਬਗਲਾ ਕਰਨਾ ਪਿਆ ਹੋਇਆ ਚਾਹੇ ਉਹ ਕੰਡਿਆਂ ਵਾਲੀ ਤਾਰ ਦਾ ਕਰੇ ਚਾਹੇ ਉਹ ਕੋਈ ਮਾੜੀ ਮੋਟੀ ਤਾਰ ਲੈ ਕੇ ਕਰੇ ਚਾਹੇ ਉਹ ਨੂੰ ਛੋਟਾ ਝਟਕਾ ਮਸ਼ੀਨ ਜਿਹੜੀ ਆ ਉਹ ਲਾਵੇ ਆਵਾਰਾ ਪਸ਼ੂਆਂ ਦੀ ਜਿਹੜੀ ਸਮੱਸਿਆ ਆ ਉਹ ਤੇ ਬਹੁਤ ਵੱਡੇ ਰੂਪ ਦੇ ਵਿੱਚ ਫੈਲੀ ਹੋਈ ਆ ਉਹਦੇ ਨਾਲ ਐਕਸੀਡੈਂਟ ਕਿੰਨੇ ਹੁੰਦੇ ਨੇ ਉਹ ਤਾਂ ਵੱਡੀ ਗੱਲ ਆ ਜੇ ਸਰਕਾਰ ਇਹਦੇ ਇਕਨੋਮਿਕਲ ਨੁਕਸਾਨ ਕਿੰਨੇ ਹੁੰਦੇ ਨੇ ਕਿਸਾਨੀ ਦਾ ਆਰਥਿਕਤਾ ਦਾ ਕਿੰਨਾ ਨੁਕਸਾਨ ਹੁੰਦਾ ਤੇ ਮੇਰਾ ਇਹ ਦਾਵਾ ਆ ਕਿ ਉਹ ਜਿਹੜੀ ਗਿਣਤੀ ਆ ਉਹ ਕਰੋੜਾਂ 'ਚ ਪਹੁੰਚ ਜਾਵੇ ਇਹ ਬਿਲਕੁਲ ਠੀਕ ਹੈ ਗੱਲ ਤੁਹਾਡੀ ਦੂਸਰੀ ਗੱਲ ਇੱਕ ਹੋਰ ਹੈ ਸਮ ਅਪ ਕਰਦੇ ਪ੍ਰੋਗਰਾਮ ਦਾ ਸਮਾਂ ਥੋੜਾ ਹੈ ਜੀ ਕਿ ਆਵਾਰਾ ਪਸ਼ੂ ਜੜੇ ਨੇ ਇਹ ਕਿੰਨੀ ਫਸਲ ਖਾ ਜਾਂਦੇ ਨੇ ਕਿੰਨੀਆਂ ਮੌਤਾਂ ਹੁੰਦੀਆਂ ਨੇ ਕਿੰਨੀ ਸਮੱਸਿਆ ਪੈਦਾ ਕਰਦੇ ਨੇ ਔਰ ਦੂਸਰੀ ਗੱਲ ਇਹ ਹੈ ਕਿ ਗਊਸ਼ਾਲਾਾਂ ਮਦੇ ਨਾਂ ਤੇ ਜਿਹੜੀ ਲੁੱਟਖੁਟ ਹੁੰਦੀ ਰਹੀ ਹੈ ਸਾਡੇ ਸਿਸਟਮ ਦੀ ਐਨੇ ਹਜ਼ਾਰਾਂ ਦੀ ਕਰੋੜਾਂ ਦੀ ਫੰਡਿੰਗ ਉਹਨਾਂ ਨੂੰ ਤੇ ਮੰਨਤਾ ਕਰਦੇ ਨੇ ਬੰਦੇ ਨੇ ਕਿ ਅਸੀਂ ਵੀ ਗਊਸ਼ਾਲਾ ਬਣਾਉਣੀ ਵਿੱਚੋਂ ਮਾਇਆ ਨਿਕਲਦੀ ਹੈ ਬਿਲਕੁਲ ਸਾਰੀਆਂ ਨਹੀਂ ਬਹੁਤ ਸਾਰੀਆਂ ਇਹੋ ਜਿਹੀਆਂ ਫਰਾਡ ਵਾਲੀਆਂ ਨੇ ਕਿਉਂ ਨਹੀਂ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਜੰਗਲਾਂ ਦੇ ਜਿਹੇ ਏਰੀਆ ਨੇ ਕੰਢੀ ਖੇਤਰ ਸਾਰਾ ਭਰਿਆ ਪਿਆ ਉੱਥੇ ਵੱਡੀ ਫੈਂਸ ਲਾ ਕੇ ਕਿਉਂ ਨਹੀਂ ਛੱਡਿਆ ਜਾਂਦਾ ਉੱਥੇ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਘਾਹ ਹੈ ਉੱਥੇ ਖਾਣ ਲਈ ਪਾਣੀ ਦਾ ਪ੍ਰਬੰਧ ਉਹਨਾਂ ਦਾ ਕੀਤਾ ਜਾਵੇ ਉਹ ਆਪਣੀ ਮੌਜੂਦ ਵਿੱਚ ਰਹਿਣ ਇਹ ਸਿਸਟਮ ਨਹੀਂ ਹੈ ਔਰ ਇੱਥੇ ਬਣਾਇਆ ਕੁਝ ਨਹੀਂ ਜਾ ਰਿਹਾ ਗੱਲਾਂ ਸਿਰਫ ਕੀਤੀਆਂ ਜਾਂਦੀਆਂ ਕਦੀ ਉਹਨਾਂ ਦੇ ਸਿੰਘਾਂ ਤੇ ਸਟicker ਲਾ ਦਿੰਦੇ ਨੇ ਕਦੀ 벨ਟ ਪਾ ਦਿੰਦੇ ਨੇ ਗਲ ਚ ਉਹ ਭਾਈ ਉਹਨਾਂ ਨੂੰ ਕਾਬੂ ਕਰੋ ਸੜਕਾਂ ਦੇ ਜਰੂਰ ਛੱਡਣਾ ਪਰ ਗੱਲ ਇਹ ਹੈ ਕਿ ਇੱਥੇ ਧਰਮ ਵੀ ਹੈ ਕਾਨੂੰਨ ਵੀ ਹੈ ਸਭ ਕੁਝ ਹੈ ਪਰ ਵਿਲ ਪਾਵਰ ਕੋਈ ਨਹੀਂ ਹੈ ਮੈਂ ਕਹਿੰਦਾ ਧਾਰਮਿਕ ਭਾਵਨਾਵਾਂ ਦੀ ਵੀ ਕਦਰ ਹੋ ਸਕਦੀ ਹੈ ਕਾਨੂੰਨ ਵੀ ਲਾਗੂ ਹੋ ਸਕਦਾ ਹੈ ਫੇਰ ਵੀ ਕੋਈ ਰਸਤਾ ਲਪਿਆ ਜਾ ਸਕਦਾ ਹੈ ਪਰ ਇੱਥੇ ਲੱਭਣ ਦੀ ਕੋਸ਼ਿਸ਼ ਕੋਈ ਖਾਸ ਹੋ ਨਹੀਂ ਰਹੀ ਇਹ ਬਹੁਤ ਵੱਡੀ ਸਮੱਸਿਆ ਹੈ ਔਰ ਅਸੀਂ ਇਹਨੂੰ ਸਮੱਸਿਆ ਸਮਝ ਕੇ ਚੱਲ ਨਹੀਂ ਰਹੇ ਅਜੇ ਤੱਕ ਪੰਜਾਬ ਸਰਕਾਰ ਨੇ ਕਿਹਾ ਜਰੂਰ ਹੈ ਪਰ ਦੇਖਾਂਗੇ ਆਉਣ ਵਾਲੇ 6 ਮਹੀਨੇ ਵਿੱਚ ਕੀ ਕਾਰਵਾਈ ਹੁੰਦੀ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਇਹ ਬਹੁਤ ਵੱਡੀ ਸਮੱਸਿਆ ਹੈ ਜਿਵੇਂ ਨਕਲੀ ਬੀਜਾਂ ਦੀ ਸਮੱਸਿਆ ਹੈ ਇਵੇਂ ਹੀ ਜਿਹੜੀ ਤੁਹਾਡੀ ਸਾਡੇ ਜਿਹੜੇ ਪਸ਼ੂ ਨੇ ਇਹਨਾਂ ਦੇ ਜਿਹੜੇ ਨਸਲ ਸੁਧਾਰ ਦੇ ਕੰਮ ਨੇ ਉਹਦੇ ਵਿੱਚ ਵੀ ਬਹੁਤ ਵੱਡੀ ਸਮੱਸਿਆ ਹੈ ਇਸੇ ਕਰਕੇ ਕਿਸਾਨਾਂ ਨੂੰ ਜਾਂ ਪਸ਼ੂ ਪਾਲਕਾਂ ਨੂੰ ਇਹ ਪਸ਼ੂ ਛੱਡਣੇ ਪੈਂਦੇ ਨੇ ਕਹਿ ਲਓ ਜਾਂ ਫਿਰ ਉਹਨਾਂ ਨੂੰ ਵਿਲੇ ਲਾਉਣ ਦਾ ਕੋਈ ਤਰੀਕਾ ਇਹਨਾਂ ਸਰਕਾਰਾਂ ਨੂੰ ਸਮਝ ਨਹੀਂ ਆਉਂਦਾ ਆਵਾਰਾ ਕੁੱਤਿਆਂ ਦੀ ਸਮੱਸਿਆ ਸਾਡੇ ਸਾਹਮਣੇ ਆ ਰੋਂਗਟੇ ਖੜੇ ਹੁੰਦੇ ਨੇ ਜਦੋਂ ਅਸੀਂ ਇਹ ਸੁਣਦੇ ਹਾਂ ਕਿ 60000 ਪਸ਼ੂ ਗਿਣਤੀ ਜਿਹੜੀ ਹੈ ਸੈਂਕੜੇ ਦੇ ਵਿੱਚ ਜਾਂਦੀ ਹੈ ਜੇ ਉਹਦੀ ਅਸੀਂ ਕੈਲਕੂਲੇਸ਼ਨ ਰੋਜ਼ਾਨਾ ਦੇ ਗੱਲ ਕਰੀਏ ਤੇ ਉਹਦੇ ਵਿੱਚੋਂ ਵੀ ਡਾਕਟਰ ਸੁਖੀ ਨੇ ਇਹ ਕਿਹਾ ਕਿ ਜਿਹੜੇ ਪੰਜਾਬ ਦੀ ਗਿਣਤੀ ਉਹ 20000 ਦੇ ਨੇੜੇ ਆ ਸਾਲ ਦੇ ਵਿੱਚ ਸੋ ਇਹਨਾਂ ਜਾਨਵਰਾਂ ਨੂੰ ਪਾਲਣਾ ਵੀ ਚਾਹੀਦਾ ਹੈ ਜੇ ਸਾਡੇ ਲਈ ਇਹ ਚੰਗੇ ਨੇ ਸਾਡਾ ਇਹਨਾਂ ਨਾਲ ਮੋਹ ਵੀ ਆ ਪਿਆਰ ਵੀ ਆ ਪਰ ਇਸ ਦੇ ਬਾਵਜੂਦ ਵੀ ਜਿਹੜੇ ਅਵਾਰਾ ਨੇ ਇਹਨਾਂ ਨੂੰ ਵੀ ਕਿਸੇ ਤਰੀਕੇ ਦੇ ਨਾਲ ਮਨੁੱਖਤਾ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਅਜਿਹੀ ਜਿਹੜੀ ਸਮੱਸਿਆ ਹੈ ਉਹ ਨਾ ਸਾਡੇ ਸਾਹਮਣੇ ਆਵੇ ਇੰਨੀਆਂ ਬੜਮੁੱਲੀਆਂ ਤੇ ਇੰਨੀਆਂ ਕੀਮਤੀ ਜਾਣਾਂ ਨਾ ਜਾਣ ਜਿਹੜੀਆਂ ਸਰਕਾਰ ਨੂੰ ਸ਼ਾਇਦ ਬੜਮੁੱਲੀਆਂ ਜਾਂ ਕੀਮਤੀ ਨਹੀਂ ਲੱਗਦੀਆਂ ਇਰਸ਼ਾ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਹੁਣ ਪ੍ਰੋਗਰਾਮ ਨੂੰ ਦਿੰਨੇ ਆ ਵਿਰਾਮ ਅਗਲੀ ਵਾਰ ਕੁਝ ਨਵੇਂ ਮੁੱਦਿਆਂ ਤੇ ਫਿਰ ਮਿਲਾਂਗੇ ਸਤਿ ਸ੍ਰੀ ਅਕਾਲ